ਸਾਹਿਬ ਗੱਲ ਕਰਦੇ ਹੋ, ਮੈਂ ਹਰ ਪਾਰਟੀ ਦੀ ਗੱਲ ਕਰਾਂਗਾ। ਅੱਜ ਇਹ ਦੰਦ ਕੱਸਦੇ ਨੇ, ਨਹੀਂ ਸੁਣਨੀ ਤੇ ਜਨਤਾ ਸਭ ਜਾਣਦੀ ਆ। ਤੁਹਾਡੇ ਰੌਲਾ ਪਾਉਣ ਨਾਲ ਕਹਿੰਦੀ ਕੋਈ ਗੱਲ ਨਹੀਂ ਬਣਨੀ। ਚਾਹ ਦੀ ਚੁਸਕੀਆਂ ਦਾ ਸਵਾਦ ਲੈ ਰਿਹਾ ਤੇ ਦੂਜੇ ਪਾਸੇ ਅਸੀਂ ਤੁਹਾਨੂੰ ਸਿਆਸੀ ਚੁਸਕੀਆਂ ਵੀ ਦਿਖਾਵਾਂਗੇ। ਤੁਹਾਨੂੰ ਵੀ ਲੋਕ ਬੜਾ ਯਾਦ ਕਰਦੇ ਹੈਗੇ, ਨਲਕਾ ਪੁੱਟ ਕੇ ਮੁੜ ਕੇ ਆਈ ਨਹੀਂ ਹੈਗੇ। ਸਨੀ ਦਿਓਲ ਇੱਕ ਐਸੇ MP ਹੋਏ ਆ ਜਿਵੇਂ ਕਰਕੇ ਜੇ ਨਹੀਂ ਆ ਸਕੇ, ਕੰਮ ਡੀਸੈਂਟਰਲਾਈਜ਼ ਕੀਤੇ ਜਾਂਦੇ ਨੇ। ਲੋਕਾਂ ਦੇ ਬੱਚਿਆਂ ਨੂੰ ਨਸ਼ਾ ਤੇ ਲਾਇਆ ਤੁਸੀਂ, ਕੀ ਕੀਤਾ ਪੰਜਾਬ 'ਚ ਨਸ਼ੇ ਦੇ ਉੱਤੇ? ਸ਼ਹਿਰ ਵਿੱਚ ਇੰਨਾ ਮਾੜਾ ਹਾਲ ਆ, ਮੇਰੇ ਮਹੱਲੇ ਵਿੱਚ 23 ਸਾਲ ਦੇ 2-3 ਮੁੰਡੇ ਮਰ ਗਏ ਆ। ਜਿੱਥੇ ਤੁਸੀਂ ਪਿੰਡਾਂ 'ਚ ਜਾਂਦੇ ਸੀ ਲੋਕ ਤੁਹਾਡੇ ਗਲਾਂ 'ਚ ਹਾਰ ਪਾਉਂਦੇ ਸੀ, ਇਹ ਮਾਹੌਲ ਸੀ। ਔਰ ਤੁਸੀਂ ਇਹ ਬਣਾ ਲਿਆ ਵੀ ਹੁਣ ਲੋਕ ਝੰਡੇ ਫੜ ਕੇ ਤੁਹਾਡੇ ਮਗਰ ਭੱਜਦੇ ਨੇ, ਤੁਹਾਨੂੰ ਸਵਾਲ ਕਰਦੇ ਨੇ, ਔਰ ਤੁਹਾਡੇ ਕੋਲ ਜਵਾਬ ਕੋਈ ਨਹੀਂ। ਨੌਜਵਾਨ ਆ ਜਿਹੜਾ ਚਾਹ ਬਣਾ ਰਿਹਾ ਤਾਂ ਉਸਨੇ ਇੰਜੀਨੀਅਰਿੰਗ ਕੀਤੀ ਹੋਈ ਆ, ਇਹ ਵੀ ਸਵਾਲ ਅਸੀਂ ਲੈ ਲੈਂਦੇ ਹਾਂ। ਮੈਂ ਤੁਹਾਡੇ ਵੱਲ ਆਉਣਾ, ਨੌਜਵਾਨ ਆ ਸਾਹਮਣੇ, ਉਹਨੇ ਇੰਜੀਨੀਅਰਿੰਗ ਕੀਤੀ ਹੋਈ ਆ, ਉਹ ਕਹਿੰਦੇ ਸੀ ਚਾਹ ਬਣਾਉਣ ਸਾਨੂੰ ਰੁਜ਼ਗਾਰ ਹੀ ਨਹੀਂ ਮਿਲਦਾ। ਇੰਡਸਟਰੀ ਨੂੰ ਤਬਾਹ ਕਰਨ ਦੇ ਵਿੱਚ 99% ਕਾਂਗਰਸ ਦਾ ਹੱਥ ਆ। ਅਕਾਲੀਆਂ ਦੇ ਟਾਈਮ 'ਚ ਕਿਸੇ ਅਸਾਮੀ ਨੂੰ ਫੋਨ ਨਹੀਂ ਵੱਜੇ ਵੀ ਕਰੋੜ ਦੀ ਫਰੋਤੀ ਦੇ ਦਿਓ, 50 ਲੱਖ ਦੀ ਦੇ ਦਿਓ, ਨਾ ਕਾਂਗਰਸ ਵੱਜੇ। ਆਪਦੀ ਸਰਕਾਰ ਆ, ਆਹ ਭਾਅ ਜੀ ਲਾਗੇ ਖੜੇ ਜੇ, ਕੋਈ ਸ਼ਹਿਰ ਦੀ ਅਸਾਮੀ ਦੱਸ ਦਿਓ ਜਿਹਨੂੰ 2-2 ਕਰੋੜ ਦੀ ਫਰੋਤੀ ਦੀ ਆਵਾਜ਼ ਨਹੀਂ ਪਈ। ਉਹ ਗੱਲ ਤੇ ਸੁਣ ਲਓ ਭਾਅ ਜੀ, ਦੱਸ ਤੁਸੀਂ 25-25 ਕਰੋੜ 'ਚ ਇਹ ਭਾਈ ਸਾਹਿਬ ਕਹਿ ਰਹੇ ਨੇ ਸੜਕਾਂ ਬਣ ਰਹੀਆਂ, ਲੁੱਕ ਪੈ ਰਹੀ ਹੈ ਜਿਹੜੀ ਇਹਨਾਂ ਨੇ ਸਾਈਡ ਤੇ 4-4 ਫੁੱਟ ਸੜਕ ਪੁੱਟੀ ਆ। ਤੁਸੀਂ ਅੱਜ ਵੀ ਕੈਮਰਾ ਲਾ ਕੇ ਚੱਲ ਜਾਓ, ਉੱਥੇ ਲੁੱਕ ਨਹੀਂ ਪਾਈ ਸਾਈਡ ਤੇ, ਲੁੱਕ ਨਹੀਂ ਪਾਈ, ਲੁੱਕ ਪਾਈ ਜਿਹੜੀ ਪੁਰਾਣੀ ਸੜਕ ਤੇ। ਨੰਬਰ 2, ਇਹਨਾਂ ਨੂੰ ਪੁੱਛੋ ਕਰਪਸ਼ਨ, ਆਹ ਮੇਰੇ ਨਾਲ ਤਹਿਸੀਲ 'ਚ ਕਹਿੰਦੇ NOC ਬੰਦ ਜੀ, ਮੇਰੇ ਕੋਲ ਸਬੂਤ ਆ, ਮੈਂ 4 ਚਿਸ਼ਤੀਆਂ ਕਰਾਈਆਂ, 30,000 ਰੁਪਇਆ ਮੈਂ ਦਿੱਤਾ ਇਹਨਾਂ ਨੂੰ। ਕਿਸੇ ਬੰਦੇ ਨੂੰ ਕਾਲ ਜਾਂਦੀ ਹੈ ਫਰੋਤੀ ਦੀ, ਉਹ ਆ ਗਿਆ SSP ਮੈਡਮ ਨੂੰ ਕੰਪਲੇਂਟ ਕਰਦਾ ਵੀ ਸਾਨੂੰ ਫਰੋਤੀ ਹੈ, ਕਾਲ ਆਈ ਹੈ, ਤੁਸੀਂ ਐਕਸ਼ਨ ਲਵੋ। ਮੈਡਮ ਕਹਿੰਦੀ ਜੀ ਅਸੀਂ ਐਕਸ਼ਨ ਨਹੀਂ ਲੈ ਸਕਦੇ। ਕਹਿੰਦਾ ਫਿਰ ਅਸੀਂ ਅਸਲਾ ਰੱਖ ਲਈਏ, ਜੇ ਸਾਡੇ ਕੋਲ ਕੋਈ ਇਹ ਜਵਾਬ ਦੇ ਦਈਏ। ਉਹ ਕਹਿੰਦੀ ਜੇ ਤੁਸੀਂ ਅਸਲਾ ਰੱਖੋਗੇ ਤਾਂ ਤੁਹਾਡੇ 'ਤੇ ਪਰਚਾ ਹੋਏਗਾ। ਯਾਦ ਹੋਇਆ ਜ਼ਿਲ੍ਹੇ ਗੁਰਦਾਸਪੁਰ ਦੀ ਇੱਕੋ ਮੰਗ, ਕਾਦੀਆਂ ਬਿਆਸ ਰੇਲਵੇ ਲਾਈਨ ਜੋੜ ਦਿਓ। ਚਲੋ ਕਿਸੇ ਨੇ ਐਫਰਟ ਕੀਤੀ MP ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕਿ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਹੋਰਾਂ ਕੋਲ ਪਾਸ ਕਰਾ ਲਿਆ। ਅਕਾਲੀ ਦਲ ਦੇ ਲੀਡਰ ਐਡੇ ਚੰਗੇ ਨੇ, ਧਰਨਾ ਲਾ ਕੇ ਬਹਿ ਗਏ, ਫੰਡ ਆਏ ਤੇ ਵਾਪਸ ਚਲੇ ਗਏ। ਅੱਜ ਤੱਕ ਇਹਨਾਂ 'ਚੋਂ ਐਡੇ ਮਾਂ ਦੇ ਪੁੱਤ ਸਿਆਣੇ ਨੇ ਕਿ ਇੰਡਸਟਰੀ ਵਧਾਉਣ ਲਈ, ਵਪਾਰ ਵਧਾਉਣ ਲਈ, ਰੋਜ਼ਗਾਰ ਵਧਾਉਣ ਲਈ ਉਹ 20 ਫੁੱਟ ਦਾ ਟੋਟਾ ਨਹੀਂ ਇਹਨਾਂ ਕੋਲ ਪਿਆ। ਇੱਕ ਇਹਨਾਂ ਦਾ ਜਵਾਬ ਦੇਣਾ, 2014 ਤੋਂ ਇਹ ਲੋਕ ਸਭਾ ਇਲੈਕਸ਼ਨਾਂ ਤੋਂ ਇਹਨਾਂ ਦੇ MP ਬਣਦੇ ਆ ਰਹੇ ਨੇ, ਇਹ 75 ਸਾਲਾਂ ਦਾ ਲਾਭ ਕਰਦੇ, 10 ਸਾਲ ਹੋ ਗਏ ਇਹਨਾਂ ਨੂੰ ਸਿਆਸਤ 'ਚ ਆਇਆ ਨੂੰ। ਜਿਹੜੇ 2014 ਦੇ ਇਹਨਾਂ ਦੇ MP ਬਣੇ ਸੀ, ਭਗਵੰਤ ਮਾਨ ਵੀ ਬਣਿਆ ਸੀ, ਉਹਨਾਂ ਨੇ ਕੀ ਕੀਤਾ? ਮਨਮੋਹਨ ਸਿੰਘ ਜੀ ਨੇ 2014 'ਚ ਬਟਾਲੇ ਵਾਸਤੇ 10,000 ਕਰੋੜ ਦਾ ਪ੍ਰੋਜੈਕਟ ਪਾਸ ਕੀਤਾ, ਜਿਹੜਾ ਕਿ ਵੱਡੇ ਬਾਦਲ ਸਾਹਿਬ ਨੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਿਕੜੀ ਸਾਹਿਬ ਨੂੰ ਥਾਪੜਾ ਵੀ ਦਿੱਤਾ ਵੀ ਬੜਾ ਵੱਡਾ ਪ੍ਰੋਜੈਕਟ ਪਾਸ ਕਰਾ ਕੇ ਲਿਆਂਦਾ, ਇਹਦੇ ਵਾਸਤੇ ਜ਼ਮੀਨ ਅਕਵਾਇਰ ਕੀਤੀ ਜਾਵੇ। ਕਲਾਨੌਰ ਜਾ ਕੇ ਜ਼ਮੀਨ ਅਕਵਾਇਰ ਹੋਈ, ਸੁਖਬੀਰ ਬਾਦਲ ਨੇ ਉਸ ਪ੍ਰੋਜੈਕਟ ਨੂੰ ਨਾ ਕਰਤੀ ਲੱਗਣ। ਅਸੀਂ ਚਾਹ ਦੀ ਚੁਸਕੀਆਂ ਦਾ ਸਵਾਦ ਲੈ ਰਹੇ ਹਾਂ ਅਤੇ ਦੂਜੇ ਪਾਸੇ ਅਸੀਂ ਤੁਹਾਨੂੰ ਸਿਆਸੀ ਚੁਸਕੀਆਂ ਵੀ ਦਿਖਾਵਾਂਗੇ ਤਾਂ ਕਿਸ ਤਰ੍ਹਾਂ ਮਾਝੇ ਦੀ ਸਿਆਸਤ ਪੱਖੀ ਹੋਈ ਆ। ਗੁਰਦਾਸਪੁਰ ਦੇ ਲੋਕ ਸਭਾ ਹਲਕੇ ਦੇ ਵਿੱਚ ਆ, ਸਿਆਸੀ ਚੁਸਕੀਆਂ ਪ੍ਰੋਗਰਾਮ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਵਾਂਗੇ ਤਾਂ ਮੁੱਦੇ ਦੀ ਗੱਲ ਹੋਵੇਗੀ, ਤਾਂ ਰੁਜ਼ਗਾਰ ਦੀ ਗੱਲ ਹੋਵੇਗੀ, ਸਿੱਖਿਆ ਦੀ ਗੱਲ ਹੋਵੇਗੀ, ਮੈਡੀਕਲ ਸਹੂਲਤਾਂ ਦੀ ਗੱਲ ਹੋਵੇਗੀ, ਕਿਸ ਤਰ੍ਹਾਂ ਦਾ ਵਿਕਾਸ ਹਲਕੇ ਦੇ ਵਿੱਚ ਹੋਇਆ। ਸਿਆਸੀ ਚੁਸਕੀਆਂ ਲੈ ਕੇ ਤੁਹਾਡੇ ਨਾਲ ਅਸੀਂ ਹਾਜ਼ਰ ਹਾਂ, ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਨਾਲ ਨੇ, ਤਾਂ ਸਿਆਸੀ ਗੱਲਾਂ ਦੇ ਨਾਲ ਨਾਲ ਅਸੀਂ
ਸਿਆਸੀ ਚੁਸਕੀਆਂ ਦੀਆਂ ਵੀ ਗੱਲਬਾਤ ਕਰਾਂਗੇ। ਤਾਂ ਇਸ ਸਮੇਂ ਗੁਰਦਾਸਪੁਰ ਹਲਕੇ ਦੇ ਵਿੱਚ ਆ ਮਾਝਾ ਹਲਕਾ, ਤਾਂ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਨੇ ਸਾਡੇ ਨਾਲ, ਆਮ ਆਦਮੀ ਪਾਰਟੀ ਤੋਂ ਵੀ ਨੇ, ਕਿਸਾਨ ਆਗੂ ਵੀ ਨੇ, ਤਾਂ ਅਕਾਲੀ ਦਲ ਦੇ ਨੁਮਾਇੰਦੇ ਵੀ ਨੇ, ਇਧਰਲੇ ਪਾਸੇ BJP ਅਤੇ ਕਾਂਗਰਸ ਵੀ ਸਾਡੇ ਨਾਲ ਆ, ਅਤੇ ਦੂਜੇ ਪਾਸੇ ਪਬਲਿਕ ਵੀ ਸਾਡੇ ਨਾਲ ਆ। ਪਬਲਿਕ ਵੀ ਇਸ ਪਾਰਟੀਆਂ ਤੋਂ ਸਵਾਲ ਪੁੱਛੇਗੀ ਕਿ 75 ਸਾਲ ਇਹਨਾਂ ਪਾਰਟੀਆਂ ਨੇ ਰਾਜ ਕੀਤਾ ਤਾਂ ਕਿਹੜੇ ਕਿਹੜੇ ਕੰਮ ਨੇ ਇਸ ਹਲਕੇ ਦੇ ਵਿੱਚ ਕੀਤੇ ਗਏ ਨੇ। ਬਟਾਲਾ ਬਹੁਤ ਵੱਡੀ ਇੰਡਸਟਰੀ ਹੁੰਦੀ ਸੀ, ਤਾਂ ਇੰਡਸਟਰੀ ਇੱਥੋਂ ਹੁਣ ਬਿਲਕੁਲ ਖਤਮ ਹੋ ਚੁੱਕੀ ਆ, ਤਾਂ ਪੂਰੇ ਦੁਨੀਆ ਦੇ ਵਿੱਚ ਤਾਂ ਭਾਰਤ ਦੇ ਵਿੱਚ ਇਸ ਇੰਡਸਟਰੀ ਦੀ ਚੜ੍ਹਤ ਸੀ, ਪਰ ਕਿਉਂ ਖਤਮ ਹੋਊਗੀ, ਕੀ ਕਾਰਨ ਬਣੇ ਨੇ, ਕਿਉਂ ਨਹੀਂ ਇਸ ਹਲਕੇ ਦੇ ਵਿੱਚ ਕੋਈ ਵੀ ਸਰਕਾਰੀ ਕਾਲਜ ਹੈ, ਇਸ ਦੀ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਨੇ। ਆਮ ਆਦਮੀ ਪਾਰਟੀ ਤੋਂ ਕਿਸ ਤਰ੍ਹਾਂ ਦੇਖਦੇ ਹੋ, ਲੰਮਾ ਸਮਾਂ ਪਾਰਟੀਆਂ ਨੇ ਰਾਜ ਕੀਤਾ, ਆਪਾਂ ਗੱਲਬਾਤ ਕਰ ਰਹੇ ਹਾਂ, ਚਾਹ ਵੀ ਪੀ ਰਹੇ ਨਾਲ, ਸਿਆਸੀ ਸੁਸਤੀਆਂ ਵੀ ਲਵਾਂਗੇ, ਕਿਸ ਤਰ੍ਹਾਂ ਦੇਖਦੇ ਹੋ ਪਾਰਟੀ? ਇਸ ਤਰ੍ਹਾਂ ਕਿ ਜੀ 75 ਸਾਲਾਂ ਦੇ ਵਿੱਚ ਦੇਸ਼ 'ਚ ਜਿਹੜੀ ਪੰਜਾਬ 'ਚ ਜਿਹੜੀ ਡਿਵੈਲਪਮੈਂਟ ਹੋਣੀ ਚਾਹੀਦੀ ਸੀ, ਉਹ ਨਾਟ ਅਪ ਟੂ ਦਾ ਐਕਸਪੈਕਟੇਸ਼ਨ ਆਫ ਦਾ ਪੀਪਲਸ। ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਪੰਜਾਬ 'ਚ, ਬਹੁਤ ਵੱਡਾ ਲੋਕਾਂ ਨੇ ਮੈਂਡੇਟ ਦਿੱਤਾ ਸੀ ਸਾਨੂੰ 92 ਸੀਟਾਂ ਦੇ ਨਾਲ। ਇਹ ਪਹਿਲੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਕਿ ਜਿਹਨਾਂ ਕੁਰਸੀ 'ਤੇ ਬਹਿੰਦਿਆਂ ਸਾਰੀ ਲੋਕਾਂ ਦੇ ਜਿਹੜੇ ਕੰਮ ਕਰਨੇ ਸ਼ੁਰੂ ਕਰਤੇ। ਅੱਜ ਮੈਨੀਫੈਸਟੋ ਦਾ 80% ਹਿੱਸਾ ਅਸੀਂ ਲਾਗੂ ਕਰਤਾ ਵਾ, ਚਾਹੇ ਉਹ ਕੰਮ ਹੋ ਰਹੇ ਨੇ ਜਾਂ ਹੋ ਗਏ ਨੇ। ਬਾਕੀ ਤੁਸੀਂ ਦੇਖਿਆ ਕਿ ਲਾਰੇ ਲੱਪੇ ਲਾਉਂਦੀਆਂ ਰਹੀਆਂ ਦੂਜੀਆਂ ਪਾਰਟੀਆਂ ਅੱਜ ਤੱਕ। ਤੁਸੀਂ ਬਟਾਲੇ ਵਿੱਚ ਦੇਖੋ, ਅੱਜ ਸਾਰੇ ਬਟਾਲੇ ਦੇ ਵਿੱਚ ਕਿੰਨੀ ਡਿਵੈਲਪਮੈਂਟ ਹੋਈ ਆ, ਸਾਰੀਆਂ ਸੜਕਾਂ ਜਿਹੜੀਆਂ ਚੌੜੀਆਂ ਹੋ ਗਈਆਂ, ਚਾਹੇ ਉਹ ਗੁਰਦਾਸਪੁਰ ਵਾਲੀ ਸੜਕ ਹੈ, ਜਲੰਧਰ ਵਾਲੀ ਸੜਕ ਹੈ, ਕਾਨੂੰਨ ਵਾਲੀ ਸੜਕ ਹੈ, ਕਾਦੀਆਂ ਵਾਲੀ ਸੜਕ ਹੈ, ਅੱਜ ਤਹਿਸੀਲ ਕੰਪਲੈਕਸ ਬਣ ਰਿਹਾ ਵਾ, ਅੱਜ ਵੱਡੇ ਵੱਡੇ ਗੇਟ ਬਣ ਰਹੇ ਨੇ, ਅੱਜ ਸਾਰੇ ਚੌਂਕ ਜਿਹੜੇ ਖੁੱਲ੍ਹੇ ਹੋ ਗਏ ਨੇ, ਪਿੰਡਾਂ ਦੇ ਵਿੱਚ ਛੱਪੜ ਪੂਰ ਕੇ ਗਰਾਊਂਡਾਂ ਬਣਾਈਆਂ ਜਾ ਰਹੀਆਂ ਨੇ, ਤਾਂ ਕਿ ਜਿਹੜੇ ਸਾਡੇ ਬੱਚੇ ਨਸ਼ਿਆਂ 'ਚ ਗੁਲਤਾਨ ਨੇ, ਅੱਜ ਉਹਨਾਂ ਨੂੰ ਸਪੋਰਟਸ ਵਾਲੇ ਪਾਸੇ ਤੋਰਿਆ ਜਾਵੇ। ਇਸ ਤਰ੍ਹਾਂ ਦੇ ਕੰਮ ਜਿਹੜੇ ਲਗਾਤਾਰ ਆਮ ਆਦਮੀ ਪਾਰਟੀ ਜਿਹੜੀ ਕਰ ਰਹੀ। ਅਗਲੇ ਪਾਸੇ ਕਾਂਗਰਸ ਵੀ ਆ ਸਾਡੇ ਨਾਲ, ਕਾਂਗਰਸ ਨਾਲ ਵੀ ਗੱਲਬਾਤ ਕਰਾਂਗੇ। ਕਿਸ ਤਰ੍ਹਾਂ ਦੇਖਦੇ ਹੋ ਤੁਹਾਡਾ ਕਾਰਜਕਾਲ ਰਿਹਾ ਇੱਥੇ, ਇੰਡਸਟਰੀ ਕਿਵੇਂ ਗਾਇਬ ਹੋ ਗਈ, ਤੁਹਾਡੇ MP ਲਗਾਤਾਰ ਇੱਥੋਂ ਜਿੱਤਦੇ ਰਹੇ ਨੇ? ਇੰਡਸਟਰੀ ਗਾਇਬ ਹੋਣ ਦਾ, ਜਿਹੜੇ ਪਹਿਲੇ ਸਾਡੀ BJP ਦੀ ਸਰਕਾਰ ਰਹੀ ਹੈ ਜੀ ਇੰਨਾ ਚਿਰ, ਜਿਹਦੇ ਵਿੱਚ ਸਾਨੀ ਸਾਹਿਬ ਰਹੇ ਨੇ 15 ਸਾਲ, ਉਹ ਤੋਂ ਬਾਅਦ ਜਦੋਂ ਸਾਨੀ ਸਾਹਿਬ ਆਏ ਨੇ ਉਸ ਤੋਂ ਬਾਅਦ ਇੰਡਸਟਰੀ ਸਾਡੀ ਜਿਹੜੀ ਬਟਾਲੇ 'ਚੋਂ ਗਾਇਬ ਹੋ ਗਈ। ਕਾਂਗਰਸ ਸਰਕਾਰ ਆਈ, ਉਪਰਾਲਾ ਹੋਇਆ, ਮਨਮੋਹਨ ਸਿੰਘ ਜੀ ਨੇ 2014 'ਚ ਬਟਾਲੇ ਵਾਸਤੇ 10,000 ਕਰੋੜ ਦਾ ਪ੍ਰੋਜੈਕਟ ਪਾਸ ਕੀਤਾ, ਜਿਹੜਾ ਕਿ ਵੱਡੇ ਬਾਦਲ ਸਾਹਿਬ ਨੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੈਕੜੀ ਸਾਹਿਬ ਨੂੰ ਥਾਪੜਾ ਵੀ ਦਿੱਤਾ ਵੀ ਬੜਾ ਵੱਡਾ ਪ੍ਰੋਜੈਕਟ ਪਾਸ ਕਰਾ ਕੇ ਲਿਆਂਦਾ, ਇਹਦੇ ਵਾਸਤੇ ਜ਼ਮੀਨ ਅਕਵਾਇਰ ਕੀਤੀ ਜਾਵੇ। ਕਲਾਨੌਰ ਜਾ ਕੇ ਜ਼ਮੀਨ ਅਕਵਾਇਰ ਹੋਈ, ਸੁਖਬੀਰ ਬਾਦਲ ਨੇ ਉਸ ਪ੍ਰੋਜੈਕਟ ਨੂੰ ਨਾਂਹ ਕਰਤੀ ਲੱਗਣ ਤੋਂ। ਰਹੀ ਗੱਲ ਆਮ ਪਾਰਟੀ ਦੀ, ਜਿਹੜੇ ਅੱਜ ਆਪਣੇ ਕੰਮ ਗਿਣਾ ਰਹੇ ਸਾਨੂੰ, ਬਟਾਲੇ ਦੀ ਡਿਵੈਲਪਮੈਂਟ ਜੋ ਤ੍ਰਿਪਤ ਬਾਜਵਾ ਜੀ ਨੇ ਕਰਾਈ ਹੈ, ਜਿੰਨੀਆਂ ਸੜਕਾਂ ਬਣੀਆਂ ਨੇ ਉਹ ਸਾਰੀਆਂ ਸੜਕਾਂ ਦੇਣ ਕਾਂਗਰਸ ਦੀ ਹੈ ਜੀ। ਜਿਹੜੀਆਂ ਅੱਜ ਚੌੜੀਆਂ ਹੋ ਰਹੀਆਂ, ਸ਼ਾਇਦ ਮੇਰੇ ਸਰਕਾਰ ਸਤਿਕਾਰਯੋਗ ਨੇ ਨਹੀਂ ਪਤਾ, 400 ਕਰੋੜ ਰੁਪਈਆ ਪੰਜਾਬ ਨੂੰ ਸੈਂਟਰ ਸਰਕਾਰ ਨੇ ਦਿੱਤਾ ਵੀ ਜਿੰਨੀਆਂ ਸਿਟੀਆਂ 'ਚੋਂ ਸੜਕਾਂ ਲੰਘਦੀਆਂ ਨੇ, ਇਕੱਲਾ ਬਟਾਲਾ ਨਹੀਂ, ਸਾਰੇ ਪੰਜਾਬ 'ਚੋਂ ਹੀ ਜਿੱਥੋਂ ਜਿੱਥੋਂ ਸੜਕਾਂ ਲੰਘ ਰਹੀਆਂ, 5-5 ਫੁੱਟ ਸਰਕਾਰੀ ਹੱਦ 'ਚ ਚੌੜੀਆਂ ਕਰ ਦਿੱਤੀਆਂ ਜਾਣ। ਇਹ ਕੋਈ ਆਮ ਪਾਰਟੀ ਨਹੀਂ, ਇਹ 2.5 ਸਾਲਾਂ ਤੋਂ ਆ ਕੇ ਜਿਹੜੇ ਲਾਰੇ ਲੋਕਾਂ ਨੂੰ ਲਾ ਕੇ ਲਿਆ, ਸਰਕਾਰ ਆਈ ਸੀ ਉਹ ਸਰਕਾਰ ਕੋਲ ਕੰਮ ਨਹੀਂ ਹੋਏਗਾ। ਤੁਸੀਂ ਇਹਦਾ ਰਿਜ਼ਲਟ ਆਹ ਸਾਡੀ ਜਿਹੜੀ ਲੋਕ ਸਭਾ ਸੀਟ 'ਚ ਵੇਖ ਲਿਓ। ਅਕਾਲੀ ਦਲ ਵੀ ਸਾਡੇ ਨਾਲ ਆ, ਅਕਾਲੀ ਦਲ ਨੇ ਵੀ ਲੰਮਾ ਸਮਾਂ ਰਾਜ ਕੀਤਾ, BJP ਦਾ ਗੱਠਜੋੜ ਰਿਹਾ, ਕਿਸ ਤਰ੍ਹਾਂ ਦੇਖਦੇ ਹੋ? ਕਾਂਗਰਸ ਕਹਿ ਰਹੀ ਹੈ ਕਿਸ ਨੇ ਵਿਕਾਸ ਕੀਤਾ? ਇਹ ਜਿਹੜੀ ਪੰਜਾਬ ਦੀ ਇੰਡਸਟਰੀ ਆ, ਇਹ ਅੱਤਵਾਦ ਉਹਦੀ ਜੜਿਆ, ਜਿਹੜਾ ਪੰਜਾਬ 'ਤੇ ਕਰਜ਼ਾ ਚੜਿਆ ਉਹ ਵੀ ਅੱਤਵਾਦ ਦੇ ਵੇਲੇ ਚੜਿਆ, ਇਹਦੀ ਦੇਣ ਕਾਂਗਰਸ ਆ। ਦੂਸਰੀ ਗੱਲ ਜਿਹੜੀ ਇਹਨਾਂ ਨੇ ਕੀਤੀ ਆ ਅੰਮ੍ਰਿਤ ਯੋਜਨਾ ਪ੍ਰੋਜੈਕਟ ਦੀ, ਅੰਮ੍ਰਿਤ ਯੋਜਨਾ ਅਕਾਲੀ ਦਲ ਦੇ ਵੇਲੇ ਬਟਾਲੇ ਦੇ ਵਿੱਚ ਆਇਆ ਸੀਗਾ। ਇਹ 400 ਕਰੋੜ ਦੀ ਗੱਲ ਕਰਦੇ, ਪੰਜਾਬ ਦੇ ਇੱਥੇ ਬਟਾਲੇ ਦੇ ਲੋਕਾਂ ਨੂੰ ਪੁੱਛ ਕੇ ਵੇਖੋ ਕਿ 400 ਕਰੋੜ ਦਾ ਕੋਈ ਕੰਮ ਲੱਭਦਾ?
ਜਿਹੜਾ ਕੰਮ ਪਹਿਲਾਂ ਮਿਊਂਸੀਪ ਜਦੋਂ ਇੱਥੋਂ ਦੇ ਹਲਕਾ ਇੰਚਾਰਜ ਅਕਾਲੀ ਦਲ ਦੇ ਸ਼੍ਰੀ ਨਰੇਸ਼ ਮਹਾਜਨ ਜੀ ਸੀਗੇ, ਉਹਨਾਂ ਕੰਮ ਨਗਰ ਕੌਂਸਲ ਦੇ ਵੇਲੇ ਉਹ ਤੋਂ ਕਾਰਪੋਰੇਸ਼ਨ ਤੋਂ ਵੱਧ ਹੋਇਆ। ਸ਼ਹਿਰ 'ਚ ਹਾਲ ਵੇਖੋ ਕੀ ਆ, ਅੰਮ੍ਰਿਤ ਯੋਜਨਾ ਦੇ ਜੇ 400 ਕਰੋੜ ਰੁਪਈਆ ਲੱਗਾ ਤਾਂ ਲੱਗਾ ਲੱਭਦਾ ਕਿੱਥੇ ਆ? ਸ਼ਹਿਰ 'ਚ ਕੂੜਾ, ਬੁਰਾ ਹਾਲ। ਜਿਹੜੀ ਅੰਮ੍ਰਿਤ ਯੋਜਨਾ ਨੂੰ ਧਿਆਨ ਨਾਲ ਜੇ ਆਪਾਂ ਵੇਖੀਏ, ਉਹਦੇ ਵਿੱਚ 5 ਪ੍ਰੋਜੈਕਟ ਸੀਗੇ। ਗੰਦੇ ਪਾਣੀ ਨੂੰ ਪ੍ਰੋਜੈਕਟ ਲਾ ਕੇ ਸਾਫ਼ ਪਾਣੀ ਕਰਨਾ, ਉਹਨੂੰ ਗ੍ਰੀਨਰੀ 'ਚ ਯੂਜ਼ ਕਰਨਾ, ਸ਼ਹਿਰ 'ਚ ਟ੍ਰੈਫਿਕ ਦਾ ਸਮੱਸਿਆ ਹੱਲ ਕਰਨੀ, ਸੜਕਾਂ ਚੌੜੀਆਂ ਕਰਨੀਆਂ, ਪਾਰਕਿੰਗ ਦਾ ਪ੍ਰਬੰਧ ਕਰਨਾ ਅਤੇ ਗਲੀਆਂ ਲੋਕਾਂ ਨੂੰ ਪੀਣ ਦਾ ਸਾਫ਼ ਪਾਣੀ ਦੇਣਾ। ਸ਼ਹਿਰ 'ਚ ਜਿੱਥੇ ਵਾਟਰ ਸਪਲਾਈ ਜਾਂਦੀ, ਗੰਦਾ ਪਾਣੀ ਪੀਣ ਨੂੰ ਮਿਲ ਰਿਹਾ, ਬੁਰਾ ਹਾਲ ਆ। ਉਹਦੇ ਵਿੱਚ ਬਹੁਤ ਵੱਡੀ ਕਰਪਸ਼ਨ ਹੋਈ ਆ ਇੱਥੇ। ਇਹਦੇ 'ਤੇ ਇਹ ਦੋਵੇਂ ਪਾਰਟੀਆਂ ਰਲ ਗਈਆਂ ਵਾ, ਜਿਹਦੇ ਕਰਕੇ ਕਿ ਕੋਈ ਕਾਰਵਾਈ ਨਹੀਂ ਹੋ ਰਹੀ। ਇੱਕ ਅਕਾਲੀ ਦਾ ਲਾਏਗਾ ਤਾਂ ਇਹਦੇ ਉੱਤੇ ਕਾਰਵਾਈ ਕਰੇਗਾ। ਨਹੀਂ, ਤੁਹਾਡਾ ਗੱਠਜੋੜ ਵੀ ਰਿਹਾ, ਸਰਕਾਰ ਰਹੀ ਆ, ਕਾਲਜ ਕਿਉਂ ਨਹੀਂ ਬਣ ਸਕਿਆ ਬਟਾਲੇ ਦੇ ਵਿੱਚ? ਇੱਕ ਵੀ ਸਰਕਾਰੀ ਕਾਲਜ ਨਹੀਂ ਹੈ ਬਟਾਲੇ ਦੇ ਵਿੱਚ, ਪੂਰੇ ਪੰਜਾਬ ਦੇ ਵਿੱਚ। ਜੇ ਐਜੂਕੇਸ਼ਨ ਦੀ ਗੱਲ ਕਰੀਏ, ਮੈਰੀਟੋਰੀਅਸ ਸਕੂਲ, ਆਦਰਸ਼ ਸਕੂਲ ਅਤੇ ਹੋਰ ਜੋ 17 ਸਾਲਾਂ 'ਚ ਜਿਹੜੀ ਇਹ ਗੱਲ ਕਰਦੇ ਆ, ਅਕਾਲੀ ਦਲ ਦੇ ਰਾਜ 'ਚ ਜੇ ਕੋਈ ਐਜੂਕੇਸ਼ਨ ਦੇ ਉੱਤੇ ਕਾਲਜ ਬਣੇ ਆ ਤਾਂ ਅਕਾਲੀ ਦਲ ਦੇ ਰਾਜ 'ਚ ਬਣੇ ਆ। ਜੇ ਕੋਈ ਹੋਸਪਿਟਲ ਬਣੇ ਤਾਂ ਅਕਾਲੀ ਦਲ ਦੇ ਰਾਜ 'ਚ ਬਣੇ ਆ। ਜੇ ਕੋਈ ਸੁੱਖ ਸਹੂਲਤਾਂ ਮਿਲੀਆਂ ਤਾਂ ਅਕਾਲੀ ਦਲ ਦੇ ਰਾਜ 'ਚ ਮਿਲੀਆਂ। ਇਹ ਜੋ ਅਕਾਲੀ ਦਲ ਦੇ ਰਿਹਾ ਸੀ ਇਹਨਾਂ ਕੋਲ, ਉਹ ਵੀ ਡਿਲੀਵਰ ਨਹੀਂ ਕੀਤਾ ਗਿਆ, ਉਹ ਵੀ ਸਹੂਲਤਾਂ ਬੰਦ ਨੇ ਅੱਜ ਦੀ ਡੇਟ 'ਚ। ਕੀ ਕਹਿਣਾ ਚਾਹੋਗੇ? ਇਹ ਕਹਿ ਰਹੇ ਨੇ ਕਿ ਅਕਾਲੀ ਦਲ ਦੇ ਰਾਜ ਦੇ ਵਿੱਚ ਬਣੀਆਂ ਨੇ ਸੁੱਖ ਸਹੂਲਤਾਂ ਸਾਰੀਆਂ, ਜਿੰਨੇ ਵੀ ਸਿੱਖਿਆ ਦੇ ਹੈਗੇ ਨੇ ਪ੍ਰੋਜੈਕਟ। ਪਹਿਲਾਂ ਤਾਂ ਕੁਲਦੀਪ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜਨਾ ਸਪੋਕਸਮੈਨ ਤੋਂ, ਤੁਸੀਂ ਆਏ ਜੇ ਜੀ ਆਇਆਂ ਨੂੰ। ਇਹ ਸਾਰੀ ਪਬਲਿਕ ਜਾਣਦੀ ਹੈ ਜੀ ਕੀ ਬਣਿਆ ਕੀ ਨਹੀਂ ਬਣਿਆ ਹੈਗਾ, ਠੀਕ ਹੈ ਜੀ। ਵਿਨੋਦ ਖੰਨਾ ਜੀ MP ਬਣੇ ਨੇ, ਸਰਕਾਰੀ ਕਾਲਜ ਲਿਆਂਦਾ ਉਹਨਾਂ ਨੇ ਲਿਆਂਦਾ। ਕਿਤੇ ਜਾ ਕੇ ਪੁੱਛੋ, ਪਾਰ ਜਦੋਂ ਦਰਿਆ ਸੀ ਜਿਹੜਾ, ਜੇ ਕਿਸੇ ਵਿਆਹ ਸ਼ਾਦੀ 'ਤੇ ਜਾਣਾ ਪਹਿਲਾਂ ਪੈਂਟਾਂ ਲਾ ਕੇ ਮੋਢੇ ਟਾਂਕੇ ਜਾਂਦੇ ਸੀ, ਲਿਬੜਦੇ ਜਾਂਦੇ ਸੀ। ਉਹਨਾਂ ਲੋਕਾਂ ਨੂੰ ਜਾ ਕੇ ਪੁੱਛੋ, ਉੱਧਰਲੇ ਬੰਨੇ ਜਿਨ੍ਹਾਂ ਨੇ ਭਗਵਾਨ ਦੇ ਬਰਾਬਰ ਖੰਨਾ ਜੀ ਦੀ ਉੱਥੇ ਫੋਟੋ ਲਈ, ਜਿਨ੍ਹਾਂ ਨਰਕ ਭਰੀ ਜ਼ਿੰਦਗੀ ਦੇ ਵਿੱਚੋਂ ਕੱਢਿਆ। ਸਹੂਲਤਾਂ ਕੀ ਨਹੀਂ ਦਿੱਤਾ? ਸਾਰੀਆਂ ਸਹੂਲਤਾਂ ਮਿਲੀਆਂ ਜੀ। ਹੁਣ ਜੋ ਮਰਜ਼ੀ ਕੋਈ ਕਹੀ ਜਾਏ, ਉਹਦੇ ਵਿੱਚ ਕੀ ਕਰਨਾ ਵਾ? ਬਾਕੀ ਸਨੀ ਦਿਓਲ ਨੂੰ ਵੀ ਲੋਕ ਬੜਾ ਯਾਦ ਕਰਦੇ ਆ, ਨਲਕਾ ਪੁੱਟ ਕੇ ਮੁੜ ਕੇ ਆਈ ਨਹੀਂ ਹੈਗਾ ਸਨੀ ਦਿਓਲ। ਇੱਕ ਫਜ਼ੂਲ ਦੀ ਚਰਚਾ ਹੀ ਚੱਲੀ ਆ। ਮੈਂ ਤੁਹਾਨੂੰ ਦਾਅਵੇ ਨਾਲ ਦੱਸ ਸਕਦਾ, ਸਨੀ ਦਿਓਲ ਇੱਕ ਐਸੇ MP ਹੋਏ ਆ ਰਜੇਵਿਆਂ ਕਰਕੇ ਜੇ ਨਹੀਂ ਆ ਸਕੇ। ਕੰਮ ਡੀਸੈਂਟਰਲਾਈਜ਼ ਕੀਤੇ ਜਾਂਦੇ ਨੇ, ਕੰਮ ਵੰਡੇ ਜਾਂਦੇ ਨੇ। ਉਹਨਾਂ ਨੇ ਇੰਨੇ ਕੰਮ ਕੀਤੇ ਆ, ਸਾਡੇ ਹੋਸਪਿਟਲ 'ਚ ਜਿਹੜੀ ਵੈਨ ਆਈ ਆ, ਸਾਡੇ ਇਸ ਇਲਾਕੇ 'ਚ 35 ਤੋਂ ਉੱਤੇ ਜਿੰਮ ਆਏ ਨੇ। ਜਿਸ ਇਲਾਕੇ 'ਚ ਮੈਂ ਰਹਿੰਦਾ ਪੁਰਾਣੀ ਦਾਣਾ ਮੰਡੀ 'ਚ, ਉੱਥੇ ਜਿੰਮ ਆਇਆ, 35 ਲੱਖ ਦਾ ਕਮਿਊਨਿਟੀ ਹਾਲ ਆਇਆ ਜਿਹਦਾ ਸਮਾਨ ਸੁੱਟ ਦਿੱਤਾ ਗਿਆ। ਔਰ ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਇਹੋ ਜਿਹੇ MP ਜਿਨ੍ਹਾਂ ਨੇ 92% ਤੋਂ ਉੱਤੇ ਆਪਣਾ ਫੰਡ, ਅਖਤਿਆਰੀ ਫੰਡ ਵਰਤਿਆ ਵਾ। ਸੋ ਇੱਕ ਗੱਲ ਇਹੋ ਹੀ ਕਹੀ ਜਾਣੀ ਵੀ ਉਹ ਆਏ ਨਹੀਂ, ਨੋ ਡਾਊਟ ਘੱਟ ਆਏ ਨੇ, ਬਟ ਉਹਨਾਂ ਨੇ ਆਪਣੇ ਫੰਡ ਯੂਟੀਲਾਈਜ਼ ਕੀਤੇ ਨੇ, ਇਹਦੇ 'ਚ ਕੋਈ ਦੋ ਰਾਏ। ਸਾਡੇ ਨਾਲ ਕਿਸਾਨ ਵੀ ਨੇ, ਤੁਹਾਡਾ ਕੀ ਸਵਾਲ ਆ ਪਾਰਟੀ ਨੂੰ ਲੈ ਕੇ? ਤੁਹਾਡਾ ਵੀ ਅੰਦੋਲਨ ਲਗਾਤਾਰ ਜਾਰੀ ਆ, ਬਾਰਡਰਾਂ ਦੇ ਕਿਸਾਨ ਡਟੇ ਹੋਏ। ਬਿਲਕੁਲ, ਸਾਡਾ ਤਾਂ ਇਹੋ ਹੀ ਆ ਕਿ ਜੋ ਇਹ ਕਹਿ ਰਹੇ ਨੇ, ਚਲੋ ਇੱਕ ਦੂਜੇ ਤੋਂ ਆਪੇ ਹੀ ਇਹ ਕਰੀ ਜਾਣ ਰਹੇ ਨੇ, ਕੀ ਕੀਤਾ, ਇੱਕ ਇੱਕ ਚੀਜ਼ ਗਣਾਉਂਦੇ ਨੇ। ਕੋਈ ਨੇ 10 ਸਾਲ ਰਾਜ ਕੀਤਾ, ਕਿਸੇ ਨੇ 50 ਸਾਲ, ਕਿਸੇ ਨੇ 20 ਸਾਲ, ਇੱਕ ਇੱਕ ਚੀਜ਼ ਗਣਾਉਂਦੇ ਨੇ। ਪਰ ਇਹਨਾਂ ਨੂੰ ਇਹ ਦੱਸਣ ਵੀ ਜਿਹੜੇ ਲੋਕ ਇੱਥੇ ਰਹਿ ਰਹੇ ਨੇ, ਕਿਸਾਨ ਰਹਿੰਦੇ ਨੇ, ਕਿਸਾਨਾਂ ਨੂੰ MSP ਅਜੇ ਤੱਕ ਨਹੀਂ ਇਹਨਾਂ ਨੇ ਦਿੱਤੀ। ਔਰ ਇਹਨਾਂ ਦੀ ਹੀ ਰਿਪੋਰਟ ਆਈ ਹੈ, ਉਹਦੇ ਵਿੱਚ ਇਹ ਆਇਆ ਕਿ 10 ਸਾਲ 'ਚ ਜਿੰਨੀ MSP ਬਣਦੀ ਹੈ ਨਾ ਸਾਡੀ, ਜੇ ਦੇਣ ਜਿੰਨਾ ਇਹ ਰੇਟ ਦਿੰਦੇ ਉਹ ਤੋਂ ਵੱਖਰਾ, ਅਤੇ ਉਹਦੇ ਨਾਲੋਂ ਜੇ ਸਾਡਾ ਕਰਜ਼ਾ ਵੇਖਿਆ ਜਾਏ ਇੰਡੀਆ ਦੇ ਕਿਸਾਨਾਂ ਦਾ, ਤਾਂ 3/4 ਹਿੱਸਾ ਵੀ ਨਹੀਂ ਆ। ਔਰ ਜੇ ਮਜ਼ਦੂਰ ਆ, ਮਜ਼ਦੂਰ ਨੂੰ ਵੀ ਨਰੇਗਾ 'ਚ ਕੀ 350 ਰੁਪਇਆ ਦਿਹਾੜੀ ਦਿੰਦੇ ਆ, 2-2 ਮਹੀਨੇ ਸਿਰਫ, ਉਹਨਾਂ ਨੂੰ ਕੀ ਪੂਰਾ ਸਾਲ ਦੇ ਦੇਣ, ਕੋਈ ਜਾਇਜ਼ ਦਿਹਾੜੀ ਦੇ ਦੇਣ? ਕਿਸੇ ਦਾ ਵੀ ਕੋਈ ਕੰਮ ਨਹੀਂ ਕਰਦੇ, ਐਵੇਂ ਸੜਕਾਂ ਦੇ, ਕਿਸੇ ਨੇ ਰੇਲਾਂ 'ਤੇ, ਮੈਂ ਕਰਤਾ ਕੀਤਾ, ਇਹਨਾਂ 'ਚੋਂ ਕਿਸੇ ਨੇ ਵੀ ਕੁਛ ਨਹੀਂ ਆ, ਕਹਿਣਾ ਹੀ ਆ ਸਿਰਫ ਵੀ ਉਹ ਮੈਂ ਕਰਤਾ ਬਸ, ਕੋਈ ਕੰਮ ਨਹੀਂ ਕਰਦਾ।
ਕੀ ਕੰਮ ਕੀਤਾ ਇਹਨਾਂ, ਤੁਹਾਡੇ ਸਾਹਮਣੇ ਦੱਸਣ ਹੀ ਡਏ ਨਾ, ਇੱਕ ਕੰਮ ਕੀਤਾ ਉਹਨੂੰ ਇਹ ਕਹਿੰਦੇ ਅਸੀਂ ਕੀਤਾ, ਇਹ ਕਹਿੰਦੇ ਅਸੀਂ ਕੀਤਾ, ਉਹ ਕਹਿੰਦੇ ਅਸੀਂ ਕੀਤਾ, ਉਹ ਕਹਿੰਦੇ ਇਹੀ ਗੱਲ ਹੋਈ ਹੁਣ ਤੱਕ ਜਿਹੜੀ ਤੁਹਾਡੀ ਡਿਬੇਟ ਹੋ ਰਹੀ ਹੈ। ਆਹ ਲੋਕ ਇੱਥੇ ਖੜੇ ਨੇ, ਇੱਧਰ ਵੀ ਖੜੇ ਨੇ, ਵੇਖੋ ਕੀ ਹਾਲਤ ਆ ਲੋਕਾਂ ਦੀ। ਇਹਨਾਂ ਨੂੰ ਪੁੱਛੋ ਵੀ ਇਹਨਾਂ ਕੁਛ ਕੀਤਾ, ਇਹਨਾਂ ਨੇ ਕਹਿਣਾ ਹੀ ਕਹਿਣਾ ਵਾ, ਪੁੱਛੋ ਤੇ ਲੋਕਾਂ ਨੂੰ ਪੁੱਛੋ ਕੀ ਕੀਤਾ। ਪਬਲਿਕ ਵੀ ਸਾਡੇ ਨਾਲ ਖੜੀ ਆ, ਪਬਲਿਕ ਸਵਾਲ ਅੱਗੇ ਆ ਜਾਓ, ਕਿਹੜੀ ਪਾਰਟੀ ਨੂੰ ਸਵਾਲ ਕਰਨਾ ਚਾਹੁੰਦੇ? ਮੈਂ ਜਿਹੜੀ ਮਰਜ਼ੀ ਇਹਨਾਂ 'ਚ ਪਾਰਟੀ ਹੈਗੀ ਮੈਨੂੰ ਦੱਸ ਦਿਓ, ਕਾਂਗਰਸ ਹੈਗੀ ਹੈ ਜਾਂ ਆਮ ਹੈਗੀ ਹੈ, ਇਹਨਾਂ ਦੋਨਾਂ ਦੇ ਮੈਂ ਜਵਾਬ ਦੇ ਦਿੰਦਾ, ਜਾਂ ਬੀਜੇਪੀ ਵੀ ਹੈਗੀ ਇਹਨਾਂ ਦੇ ਜਵਾਬ ਦੇ ਦਿੰਦਾ। ਇਹ ਭਾਈ ਸਾਹਿਬ ਕਹਿ ਰਹੇ ਨੇ ਸੜਕਾਂ ਬਣ ਰਹੀਆਂ, ਲੁੱਕ ਪੈ ਰਹੀ ਹੈ, ਜਿਹੜੀ ਇਹਨਾਂ ਨੇ ਸਾਈਡ 'ਤੇ 4-4 ਫੁੱਟ ਸੜਕ ਪੁੱਟੀ ਆ, ਤੁਸੀਂ ਅੱਜ ਵੀ ਕੈਮਰਾ ਲਾ ਕੇ ਚੱਲ ਜਾਓ ਉੱਥੇ, ਲੁੱਕ ਨਹੀਂ ਪਾਈ ਸਾਈਡ 'ਤੇ, ਲੁੱਕ ਨਹੀਂ ਪਾਈ, ਲੁੱਕ ਪਾਈ ਜਿਹੜੀ ਪੁਰਾਣੀ ਸੜਕ 'ਤੇ। ਨੰਬਰ 2 ਇਹਨਾਂ ਨੂੰ ਪੁੱਛੋ ਕਰਪਸ਼ਨ, ਆਓ ਮੇਰੇ ਨਾਲ ਤਹਿਸੀਲ 'ਚ, ਕਹਿੰਦੇ NOC ਬੰਦ ਜੀ, ਮੇਰੇ ਕੋਲ ਸਬੂਤ ਆ, ਮੈਂ 4 ਰਜਿਸਟਰੀਆਂ ਕਰਾਈਆਂ, 30-30 ਹਜ਼ਾਰ ਰੁਪਇਆ ਮੈਂ ਦਿੱਤਾ ਇਹਨਾਂ ਨੂੰ, 1 ਰਜਿਸਟਰੀ ਦੇ 4 ਲੱਖ ਰੁਪਇਆ ਤਹਿਸੀਲਦਾਰ ਨੇ ਲਿਆ, ਜੇ ਨਹੀਂ ਹੋਏਗਾ ਤਾਂ ਮੇਰੇ ਕੋਲ ਆ ਜਾਓ, ਮੈਂ ਸਬੂਤ ਦੇ ਦਾਂਗਾ। ਵਿਜੀਲੈਂਸ ਡਿਪਾਰਟਮੈਂਟ ਨੂੰ ਚਿੱਠੀ ਭੇਜੀ ਹੈ ਇਹਨਾਂ ਦੀ, ਇਹਨਾਂ ਦੀ ਚਿੱਠੀ ਵਿਜੀਲੈਂਸ ਡਿਪਾਰਟਮੈਂਟ ਨੂੰ ਭੇਜੀ ਹੈ, ਅਤੇ ਤੁਸੀਂ ਕਹਿੰਦੇ ਹੋ ਵੀ ਕਰਪਸ਼ਨ ਕਿੱਥੇ ਆ, ਹੋਰ ਕਿਹੜੇ ਮਹਿਕਮੇ 'ਚ ਜਾਣਾ, ਜੇ ਕਾਰਪੋਰੇਸ਼ਨ 'ਚ ਆ ਜਾਓ, ਕੰਮ ਕਰਾਉਣਾ ਹੋਏ ਪੈਸੇ ਲਿਆਓ, ਮੈਂ ਸਬੂਤ ਦਿੰਦਾ ਵਾਂ, ਜੇ ਨਹੀਂ ਸਬੂਤ ਹੋਏਗਾ ਤਾਂ ਮੈਨੂੰ ਨੀਵੇਂ ਥਾਂ ਭਾਲਿਓ। ਹੁਣ ਤੁਸੀਂ ਕਾਂਗਰਸ 'ਤੇ ਆ ਜਾਓ, ਇਹ ਕਾਂਗਰਸ 'ਤੇ ਆ ਜਾਓ, ਇਹ ਕਹਿੰਦੇ ਅਸੀਂ ਬੜੇ ਕੰਮ ਕੀਤੇ ਆ, ਬਾਜਵਾ ਜੀ ਨੇ ਬੜੇ ਕੰਮ ਕੀਤੇ ਆ, ਇੱਥੇ ਮੈਂ ਨਗਰ ਕੌਂਸਲ ਦਾ ਉਦੋਂ ਇੱਥੇ ਮੈਂਬਰ ਹਾਂ, ਇਹ ਜਿਹੜੇ ਅੰਮ੍ਰਿਤ ਯੋਜਨਾ ਦਾ ਕਹਿੰਦੇ ਨੇ ਨਾ, ਉਹ ਪ੍ਰੋਜੈਕਟ ਉਦੋਂ ਬਣਿਆ ਸੀ, ਇਹ ਆਪੋ 'ਚ ਲੜਾਈ ਦੇ ਵਿੱਚ ਉਦੋਂ ਪੈਸੇ ਨਹੀਂ ਵਰਤੇ ਗਏ, ਇਹਨਾਂ ਨੇ ਆ ਕੇ ਫਿਰ ਲੁੱਟੀਆਂ ਡਾਈਆਂ ਚੰਗੀਆਂ ਕਾਂਗਰਸ ਵਾਲਿਆਂ ਨੇ। ਦੱਸੋ ਜੀ ਕਿੱਥੇ ਆ ਜੀ, ਲੱਗਾ ਕਿੱਥੇ ਇਹਨਾਂ ਨੂੰ? ਕਹਿੰਦੇ ਕਰਪਸ਼ਨ ਬੜੀ ਚੱਲਦੀ ਹੈ ਤੁਹਾਡੇ ਹਲਕੇ ਦੇ ਵਿੱਚ, ਦੱਸ ਰਹੇ ਨਹੀਂ, ਸਬੂਤ ਵੀ ਨੇ ਮੇਰੇ ਕੋਲ। ਵੇਖੋ, ਆਮ ਆਦਮੀ ਪਾਰਟੀ ਸਰਕਾਰ ਨੂੰ ਆਇਆ ਹਾਲੇ ਸਿਰਫ 26 ਮਹੀਨੇ ਹੋਏ ਨੇ, ਜਿਹੜੀ ਕਰਪਸ਼ਨ ਹੈ, ਕਰਪਸ਼ਨ ਆਮ ਆਦਮੀ ਪਾਰਟੀ ਨਹੀਂ ਲੈ ਕੇ ਆਈ, ਠੀਕ ਹੈ, ਇਹ ਜਿਹੜੇ ਅਫਸਰ ਲੱਗੇ ਹੋਏ ਨੇ ਨਾ, ਇਹ ਕਰਪਸ਼ਨ ਉਦੋਂ ਦੀ ਚੱਲਦੀ ਆ ਰਹੀ ਹੈ, ਇਹਨਾਂ ਸਰਕਾਰਾਂ ਨੇ ਰੀਤ ਪਾਈ ਹੈ ਕੰਮ ਕਰਾਉਣ ਦੀ, ਇਹਨਾਂ ਪੈਸੇ ਦੇ ਕੇ ਕਰਪਸ਼ਨ ਦੇ ਰੀਤ ਕਰਾਉਂਦੇ ਰਹੇ ਨੇ। ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਇਹਨਾਂ ਕੋਲੋਂ ਕੰਮ ਲੈਣਾ, ਵਡੈਂਟਾਂ ਦੀ ਰਾਜਨੀਤੀ ਨਹੀਂ ਕਰਨਾ ਚਾਹੁੰਦੀ, ਇਹ ਨਹੀਂ ਚਾਹੁੰਦੀ ਕਿਸੇ ਅਫਸਰ ਨੂੰ ਤੰਗ ਕਰਕੇ ਬਦਲ ਕੇ ਉਹਦੇ ਕੋਲ ਕੰਮ ਲਿਆ ਜਾਵੇ। ਹਾਂ, ਭਗਵੰਤ ਮਾਨ ਦਾ ਇੱਕੋ ਨਾਰਾ, ਇਹ ਮੇਰੇ ਦੇਸ਼ ਵਾਸੀ ਨੇ, ਇਹਨਾਂ ਕੋਲੋਂ ਕੰਮ ਲੈਣਾ, ਪਿਆਰ ਨਾਲ ਕੰਮ ਲੈਣਾ, ਜਿਹਨੇ ਲੋਕ ਨਹੀਂ ਕੰਮ ਨਹੀਂ ਕਰਨਗੇ ਫਿਰ ਦੂਸਰੇ ਪਾਸੇ ਕੋਈ ਸੋਚਿਆ ਜਾ ਸਕਦਾ। ਮੈਂ ਭਗਵੰਤ ਮਾਨ ਜੀ ਕੋਲੋਂ ਇੱਕ ਛੋਟਾ ਜਿਹਾ ਸਵਾਲ ਪੁੱਛਣਾ ਚਾਹੁੰਦਾ ਕਿ ਇਹਨਾਂ ਨੇ ਥੋੜ੍ਹੇ ਦਿਨ ਪਹਿਲਾਂ ਅਨਾਊਂਸ ਕੀਤਾ ਕਿ 10 ਲੱਖ ਕਾਰਡ ਕੱਟੇ ਗਏ ਸੀ ਨਜਾਇਜ਼, ਉਹ ਅੱਜ ਬਹਾਲ ਕਰਨ ਲਈ ਆਪਾਂ ਦੇ ਦਿੱਤਾ। ਮੈਂ ਉਹਨਾਂ ਕੋਲ ਇੱਕ ਚੀਜ਼ ਪੁੱਛਣਾ ਚਾਹੁੰਦਾ, ਬਹਾਲ ਤਾਂ ਕਰ ਦਿੱਤੇ ਨੇ, ਕਿਆ 1.5-2 ਸਾਲ ਜਿਹੜੇ ਉਹਨਾਂ ਦਾ ਪੀਰੀਅਡ ਨਿਕਲਿਆ ਵਾ, ਉਹਨਾਂ ਨੇ ਮੁੱਲ ਕਣਕ ਲਿਆ ਕੇ ਦਿੱਤੀ ਆ, ਕਿਆ ਉਹਨਾਂ ਨੂੰ ਉਹਨਾਂ ਦੇ ਮੁੱਲ ਵਾਪਸ ਕੀਤਾ ਜਾਊਗਾ? ਦੂਜੀ ਗੱਲ ਕਿ ਉਹਨਾਂ ਨੇ ਜਿਹੜਾ ਕੱਟਿਆ ਗਿਆ ਸੀ ਕਾਰਡ, ਉਹਨਾਂ ਅਫਸਰਾਂ ਦੇ ਉੱਤੇ ਕਾਰਵਾਈ ਕੀਤੀ ਜਾਏਗੀ? ਇਸ ਚੀਜ਼ ਦਾ ਮੈਨੂੰ ਜਵਾਬ ਦਿੱਤਾ। ਹੋਰ ਵੀ ਸਾਡੇ ਨਾਲ ਇੱਕ ਨੌਜਵਾਨ ਆ ਮੁੰਡਾ, ਇੰਜੀਨੀਅਰਿੰਗ ਉਹਨੇ ਕੀਤੀ ਹੋਈ ਆ, ਚਾਹ ਬਣਾ ਰਿਹਾ, ਇਹ ਵੀ ਤੁਹਾਨੂੰ ਸਾਰੀਆਂ ਪਾਰਟੀਆਂ ਨੂੰ ਸਵਾਲ ਪੁੱਛੇਗਾ, ਤੁਸੀਂ ਕਿੰਨੀ ਪੜ੍ਹਾਈ ਕੀਤੀ ਹੋਈ ਆ ਚਾਹ ਬਣਾਉਣੀ? ਕੰਪਿਊਟਰ ਹਾਰਡ ਵਰਕਿੰਗ ਕੀਤੀ, ਇੰਜੀਨੀਅਰ ਕੰਪਿਊਟਰ ਹਾਰਡ ਵਰਕਿੰਗ ਕੀਤੀ। ਕੀ ਸਵਾਲ ਪੁੱਛਣਾ ਚਾਹੁੰਦੇ ਸਾਰੀਆਂ ਪਾਰਟੀਆਂ ਨੂੰ ਰੁਜ਼ਗਾਰ ਦੇ ਲਈ? ਰੁਜ਼ਗਾਰ ਦੇ ਲਈ ਕਿ ਇਹੀ ਕਿ ਪੜ੍ਹ ਲਿਖ ਕੇ ਨੌਕਰੀ ਮਿਲਣੀ ਚਾਹੀਦੀ ਆ ਹਰ ਇੱਕ ਨੂੰ, ਠੀਕ ਆ, ਜੋ ਕਿ ਨਾ ਕੰਮ ਕਰਨਾ ਪਏ, ਠੀਕ ਆ। ਹਾਂਜੀ, ਮੀਨਿੰਗ ਮੈਂ ਇਹੀ ਚਾਹੁੰਦਾ ਵਾਂ ਕਿ ਜੋ ਵੀ ਪੜ੍ਹਿਆ ਲਿਖਿਆ ਬੱਚਾ ਵਾ ਉਹਨੂੰ ਨੌਕਰੀ ਮਿਲਣੀ ਚਾਹੀਦੀ ਹੈ, ਜੋ ਕਿ ਨਾ 10-15 ਹਜ਼ਾਰ ਤੇ ਲੱਗੇ, ਠੀਕ ਆ। ਹਾਂਜੀ 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 ਬਿਲਕੁਲ ਜੀ। ਤਾਂ ਇਹ ਤ੍ਰਾਸਦੀ ਵੀ ਤੁਹਾਨੂੰ ਦਿਖਾ ਰਿਹਾ, ਗੁਰਦਾਸਪੁਰ ਹਲਕੇ ਦੇ ਵਿੱਚ ਨੌਜਵਾਨ ਆ ਜਿਹੜਾ ਚਾਹ ਬਣਾ ਰਿਹਾ, ਤਾਂ ਉਸਨੇ ਇੰਜੀਨੀਅਰਿੰਗ ਕੀਤੀ ਹੋਈ ਆ, ਇਹ ਵੀ ਸਵਾਲ ਅਸੀਂ ਲੈ ਲੈਂਦੇ ਹਾਂ। ਮੈਂ ਤੁਹਾਡੇ ਵੱਲ ਆਉਣਾ, ਨੌਜਵਾਨ ਆ ਸਾਹਮਣੇ, ਉਹਨੇ ਇੰਜੀਨੀਅਰਿੰਗ ਕੀਤੀ ਹੋਈ ਆ, ਉਹ ਕਹਿੰਦੇ ਅਸੀਂ ਚਾਹ ਬਣਾਉਣ, ਸਾਨੂੰ ਰੁਜ਼ਗਾਰ ਹੀ ਨਹੀਂ ਮਿਲ ਰਿਹਾ। ਇਸ ਤਰ੍ਹਾਂ ਭਾਈ ਸਾਹਿਬ ਜਾਂ ਆਰਾਮ ਨਾਲ ਸੁਣੋ, ਇਹਨਾਂ ਨੇ ਇੰਜੀਨੀਅਰਿੰਗ ਕੀਤੀ, ਅੱਜ ਸਾਡੇ ਜਿਹੜੇ ਬੱਚੇ ਨੇ ਕਾਂਗਰਸ ਦੇ ਟਾਈਮ 'ਤੇ ਸਾਰੇ ਹਿਜਰਤ ਕਰਕੇ ਬਾਹਰਲੇ ਦੇਸ਼ਾਂ ਨੂੰ ਚਲੇ ਗਏ ਸੀ,
ਅੱਜ ਭਗਵੰਤ ਮਾਨ ਸਰਕਾਰ ਨੇ ਬਾਹਰੋਂ ਬੰਦੇ ਲਿਆ ਕੇ ਇੱਥੇ ਨੌਕਰੀਆਂ ਦੇ ਰਹੇ ਨੇ। ਇਹਨਾਂ ਨੂੰ ਪੁੱਛੋ ਕਿ ਕੁਰਸੀ 'ਤੇ ਬਹਿੰਦਿਆਂ ਸਾਰ 36,000 ਮੁਲਾਜ਼ਮਾਂ ਨੇ ਨੌਕਰੀਆਂ ਦਿੱਤੀਆਂ ਨੇ, 16,000 ਜਿਹੜੇ ਕੱਚੇ ਮੁਲਾਜ਼ਮ ਸਨ ਉਹ ਪੱਕੇ ਕਰਤੇ ਆ। ਇਸੇ ਤਰ੍ਹਾਂ ਪੁਲਿਸ ਦੇ ਵਿੱਚ ਅੱਜ ਵੈਕੈਂਸੀਆਂ ਨਿਕਲ ਰਹੀਆਂ ਨੇ। ਕਈਆਂ ਲੋਕਾਂ ਦੀ ਇੰਟਰਵਿਊ ਵਾਇਰਲ ਹੋਈ ਆ ਜਿਹਦੇ ਵਿੱਚ ਲੋਕਾਂ ਨੇ ਇਹ ਗੱਲ ਕਹੀ ਆ ਕਿ ਅੱਜ ਇਮਾਨਦਾਰੀ ਨਾਲ ਸਾਨੂੰ ਨੌਕਰੀਆਂ ਮਿਲ ਰਹੀਆਂ ਨੇ। ਪਹਿਲੀਆਂ ਸਰਕਾਰਾਂ ਦੇ ਅੰਦਰ ਇੰਟਰਵਿਊ ਵਿੱਚ ਹੇਰਾਫੇਰੀ ਕਰਦੇ ਸੀ, ਅੱਜ ਭਗਵੰਤ ਮਾਨ ਦੀ ਪਹਿਲੀ ਸਰਕਾਰ ਆ ਜਿਹਦੇ ਵਿੱਚ ਨਿਯੁਕਤੀਆਂ ਜਿਹੜੀਆਂ ਨੇ ਸਹੀ ਲੋਕਾਂ ਨੂੰ ਮਿਲ ਰਹੀਆਂ ਨੇ। ਇਹਨਾਂ ਬੱਚਿਆਂ ਨੂੰ ਜਿਹੜੇ ਬਾਹਰ ਚਲੇ ਗਏ ਨੇ ਦੇਸ਼ 'ਚ ਉਹਨਾਂ ਨੂੰ ਵਾਪਸ ਲਿਆਉਣ ਦਾ ਜਿਹੜਾ ਯਤਨ ਕਰ। ਇੱਕ ਗੱਲ ਦੇਖੋ ਕਿ ਇਹਨਾਂ 75 ਸਾਲ ਰਾਜ ਕੀਤਾ ਸੀ ਅਤੇ ਛੋਟੀ ਜਿਹੀ ਉਮਰ ਦੀ ਪਾਰਟੀ ਆ, ਅਸੀਂ ਅਜੇ ਕੰਮ ਸਟਾਰਟ ਹੀ ਕੀਤਾ, ਲੋਕਾਂ ਦੀ ਵਾਹ ਵਾਹ ਹੀ ਖੱਟ ਰਹੇ ਆ। ਵੀ ਲੈ ਲਿਆ ਕਹਿੰਦੇ 75 ਸਾਲ ਰਾਜ ਕੀਤਾ, ਕਹਿੰਦੇ ਇੱਕ ਇਹਨਾਂ ਦਾ ਜਵਾਬ ਦੇਣਾ, 2014 ਤੋਂ ਇਹ ਲੋਕ ਸਭਾ ਇਲੈਕਸ਼ਨਾਂ ਤੋਂ ਇਹਨਾਂ ਦੇ MP ਬਣਦੇ ਆ ਰਹੇ ਨੇ, ਇਹ 75 ਸਾਲਾਂ ਦਾ ਲਾਭ ਕਰਦੇ, 10 ਸਾਲ ਹੋ ਗਏ ਇਹਨਾਂ ਨੂੰ ਸਿਆਸਤ 'ਚ ਆਇਆ ਨੂੰ। ਜਿਹੜੇ 2014 ਦੇ ਇਹਨਾਂ ਦੇ MP ਬਣੇ ਸੀ, ਭਗਵੰਤ ਮਾਨ ਵੀ ਬਣਿਆ ਸੀ, ਉਹਨਾਂ ਨੇ ਕੀ ਕੀਤਾ? ਅੰਨੇ ਪੈਸੇ ਲੋਕਾਂ ਨੇ NRI ਨੇ ਇਹਨਾਂ ਨੂੰ ਦਿੱਤੇ ਆ, ਕੋਈ ਇਹਨਾਂ ਨੇ ਜਿਹੜਾ ਬਾਹਰੋਂ ਫੰਡ ਆਇਆ ਉਹਦਾ ਕੋਈ ਭਲਾ ਕੀਤਾ ਹੋਏ ਲੋਕਾਂ ਦਾ, ਕੋਈ ਦੱਸ ਦੇਣ। ਦੂਸਰੀ ਚੀਜ਼, ਆਹ ਕਿਸਾਨ ਇੱਥੇ ਬੈਠੇ ਆ, ਆਹ ਹੁਣ ਦੀ ਗੱਲ ਆ, ਪਿਛਲੇ 2 ਮਹੀਨੇ ਪਹਿਲਾਂ ਜਿਹੜਾ ਕਿਸਾਨ ਅੰਦੋਲਨ ਹੋਇਆ, ਕਿਸਾਨਾਂ ਨੂੰ ਜੇ ਕਿਸੇ ਨੇ ਸਭ ਤੋਂ ਵੱਧ ਸਮਰਥਨ ਕੀਤਾ ਤਾਂ ਅਕਾਲੀ ਦਲ ਨੇ ਕੀਤਾ। ਵੋਟਰਾਂ ਦੇ ਬਿੱਲ ਮਾਫ਼ ਕੀਤੇ, ਗਰੀਬ ਮਜ਼ਦੂਰ ਦੀ ਜਿਹੜੀਆਂ ਸਹੂਲਤਾਂ ਦਿੱਤੀਆਂ ਉਹ ਵੀ ਬਾਦਲ ਸਾਹਿਬ ਨੇ ਦਿੱਤੀਆਂ, ਚਾਹੇ ਆਟਾ ਦਾਲ ਹੀ, ਚਾਹੇ ਸ਼ਗਨ ਹੀ, ਚਾਹੇ ਪੈਨਸ਼ਨ ਹੀ। ਜਿਹੜੀ ਇਹ 43,000 ਦੀ ਗੱਲ ਕਰਦੇ, ਇਹ ਸਬੂਤ ਦੇ ਦੇਣ ਕਿ 43,000 ਨੌਕਰੀ ਮਿਲੀ ਆ, ਅਸੀਂ ਸਿਆਸਤ ਛੱਡ ਦਿਆਂਗੇ। ਦੂਸਰੀ ਚੀਜ਼, ਮੈਂ ਇੱਕ ਸਿੱਖ ਹੋਣ ਦੇ ਨਾਤੇ ਇਹ ਗੱਲ ਕਰਦਾ, ਇਹਨਾਂ ਨੇ ਜੋ ਇੱਕ ਘੋਰ ਪਾਪ ਕੀਤਾ, ਸਾਡੇ ਅਕਾਲ ਤਖਤ ਸਾਹਿਬ ਨੂੰ ਇਹਨਾਂ ਨੇ ਮੰਗਾਰਿਆ, ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਇਹਨਾਂ ਨੇ ਸਿਕਿਉਰਿਟੀ ਵਾਪਸ ਲਈ, ਕਿਉਂ ਲਈ? ਜਿਹੜੇ ਪੰਜਾਬ ਦੇ ਵਿੱਚ ਇੰਪੋਰਟਡ ਬੰਦੇ ਨੇ ਉਹਨਾਂ ਦੀ ਸਿਕਿਉਰਿਟੀ ਹਟਾ ਕੇ ਦਿੱਲੀ ਦੇ ਬੰਦਿਆਂ ਨੂੰ ਦਿੱਤੀ, ਪੰਜਾਬ ਦਾ ਖਜ਼ਾਨਾ ਲੁੱਟ ਕੇ ਬਾਹਰਲੀਆਂ ਸਟੇਟਾਂ 'ਚ ਪ੍ਰਚਾਰ ਕੀਤਾ। ਇਹ ਹੁਣ ਮੌਕਾ ਵਾ ਕਿ ਲੋਕ ਵੋਟ ਦੇ ਨਾਲ ਚੋਟ ਕਰਨ, ਇਹਨਾਂ ਨੂੰ ਸਬਕ ਸਿਖਾਉਣ। ਦੂਸਰੀ ਚੀਜ਼, ਜਿਹੜੀ ਗੱਲ ਕਰੀਏ ਆਪਣਾ ਬਾਰਡਰ ਦੀ, ਉੱਥੇ ਠੀਕ ਆ ਹਰਿਆਣੇ ਗੋਲੀਆਂ, ਉੱਥੇ ਜੋ ਕੀਤਾ ਲੋਕਾਂ ਦੇ ਸਾਹਮਣੇ ਆ, ਪਰ ਪੁਲਿਸ ਨੂੰ ਪ੍ਰੋਟੈਕਟ ਕਰਕੇ ਗੋਲੀਆਂ ਮਰਵਾਈਆਂ ਕਿੰਨੇ ਆ? ਆਮ ਆਦਮੀ ਪਾਰਟੀ ਨੇ, ਆਮ ਆਦਮੀ ਜੇ ਪੰਜਾਬ ਦੀ ਸਰਕਾਰ ਉੱਥੇ ਮੌਕੇ 'ਤੇ ਉਹਨਾਂ ਨੂੰ ਐਂਟਰ ਨਾ ਹੁੰਦੀ ਤਾਂ ਕਿਸੇ ਦੇ ਉੱਤੇ ਗੋਲੀ ਨਾ ਚੱਲਦੀ। ਬਟਾਲੇ ਦੀ ਗੱਲ ਕਰਾਂ, ਆਹ ਰੀਸੈਂਟਲੀ ਨਸ਼ੇ ਦੀ ਗੱਲ 'ਤੇ ਆ ਜਾਈਏ, ਪਹਿਲੀ ਵਾਰ 17 ਸਾਲਾਂ 'ਚ ਪਹਿਲੀ ਵਾਰ ਹੋਇਆ ਕਿ ਕਿਸੇ ਮੁੰਡੇ ਨੇ ਜੇ ਨਸ਼ੇ ਨੂੰ ਰੋਕਿਆ ਉਹ ਮੁੰਡੇ ਨੂੰ ਮਾਰ ਦਿੱਤਾ ਗਿਆ। ਤੁਸੀਂ ਜਾ ਸਕਦੇ ਜੇ ਗਾਂਧੀ ਕੈਂਪ 'ਚ, ਮੁੰਡਾ ਚੰਡੀਗੜ੍ਹੋਂ ਕਿਹੜੀ ਸਟੱਡੀ ਕਰਕੇ ਆਇਆ ਸੀ, ਹੋਟਲ ਮੈਨੇਜਮੈਂਟ ਦੀ ਸਟੱਡੀ ਕਰਕੇ ਆਇਆ, ਉਹਨੇ ਨਸ਼ਾ ਕਰਨ ਤੋਂ ਮੁੰਡਿਆਂ ਨੂੰ ਰੋਕਿਆ ਉਹਨੇ, ਉਹ ਮਾਫੀਏ ਨੇ ਉਹਨਾਂ ਨੂੰ ਉਹਦੇ ਪਿਓ ਨੂੰ ਵੀ ਮਾਰ ਦੇਣਗੇ, ਉਹ ਬਚ ਗਿਆ, ਮੁੰਡਾ ਮਾਰਤਾ, 17 ਸਾਲਾਂ 'ਚ ਪਹਿਲੀ ਵਾਰੀ ਹੋਇਆ ਏ, ਪੁੱਛੋ ਜਾ ਕੇ ਉੱਥੇ ਲੋਕਾਂ ਨੂੰ। ਮਾਫੀਆ ਤਾਂ ਕਹਿੰਦੇ ਤੁਹਾਡੇ ਰਾਜ ਦੇ ਵਿੱਚ ਬਹੁਤ ਆਇਆ, ਇਹ ਤੁਹਾਡੇ ਸਾਹਮਣੇ ਆ, ਇਹ ਕਹਿਣ ਦੀਆਂ ਗੱਲਾਂ ਸੀ ਨਾ ਇਹਨਾਂ ਦੀਆਂ। ਇਸ ਟਾਈਮ ਇਹ ਬਾਹਰ ਜਿਹੜੀ ਗੱਲ ਕਰਦੇ ਆ ਕਿ ਵਿਦੇਸ਼ 'ਚੋਂ, ਵੇਖੋ ਅੱਗੇ ਵਿਦੇਸ਼ 'ਚ ਬੱਚੇ ਪੈਸੇ ਕਮਾਉਣ ਜਾਂਦੇ ਸੀ, ਅੱਜ ਦੀ ਡੇਟ 'ਚ ਜੋ ਇੱਥੇ ਮਾਹੌਲ ਆ, ਜਿਹੜਾ ਵਪਾਰੀ ਆ, ਦੁਕਾਨਦਾਰ ਆ, ਛੱਡ ਕੇ ਜਾ ਰਿਹਾ, ਇੱਥੇ ਜਿੰਨੀ ਐਕਸਟੋਰਸ਼ਨ ਆ, ਜਿੰਨੀ ਲੁੱਟ ਖੋ ਆ, ਕੋਈ ਇੱਥੇ ਮਹਿਫੂਜ਼ ਨਹੀਂ ਅੱਜ ਦੀ ਡੇਟ 'ਚ ਇਹਨਾਂ ਦੇ ਰਾਜ 'ਚ। ਦੇਖੋ ਜੀ, ਆਮ ਆਦਮੀ ਪਾਰਟੀ ਦਾ ਖੁਦ ਦਾ MLA ਸਟੇਜ ਦੇ ਉੱਤੋਂ ਕਹਿਣ ਡਿਆ ਵੀ ਰਾਘਵ ਚੱਡਾ ਦੇ 2 ਮੇਨ ਅਫਸਰ ਲਾਏ ਨੇ ਜਿਨ੍ਹਾਂ ਨੂੰ ਮਹੀਨਾ ਜਾਂਦਾ। ਐਡੀ ਤਕੜੀ ਸੈਲੀਬ੍ਰਿਟੀ ਸਿੱਧੂ ਮੂਸੇਵਾਲਾ ਮਰਵਾਤਾ ਇਹਨਾਂ ਨੇ, ਕਿੰਨੇ ਸਿਕਿਉਰਿਟੀ ਇਹਨਾਂ ਦੀ ਲੀਕ ਕੀਤੀ, ਉਹਦੀ ਕਿੰਨੇ ਪਾਇਆ ਉਹਦੇ ਨੈੱਟ ਦੇ ਉੱਤੇ, ਐਡਾ ਤਕੜਾ ਕਬੱਡੀ ਦਾ ਖਿਡਾਰੀ ਉਹ ਮਰਵਾਤਾ ਇਹਨਾਂ ਨੇ। ਅੱਜ ਘਰੋਂ ਜੇਕਰ ਮਾਂ ਆਪਣੇ ਬੱਚੇ ਨੂੰ ਬਾਹਰ ਕੱਢਦੀ, ਹੁਣ ਇੰਨੀ ਦੀ ਗਰੰਟੀ ਵੀ ਉਹ ਵਾਪਸ ਆ ਜਾਏਗਾ? ਕੀ ਨਹੀਂ ਚੱਲਣ ਡਿਆ ਇੱਥੇ, ਦੱਸੋ ਮੈਨੂੰ ਕੀ ਨਹੀਂ ਕੀਤਾ ਇਹਨਾਂ ਨੇ? ਬੇੜਾ ਗਰ ਕਰਦਾ ਪੰਜਾਬ ਦਾ। ਤੁਹਾਡਾ ਚੈਨਲ ਦਾ ਸ਼ੁਕਰੀਆ ਜੀ। ਸਾਰੇ ਭਰਾ ਵੀਰ ਬੈਠੇ, ਹਰ ਪਾਰਟੀਆਂ ਦੇ ਬੈਠੇ, ਅਸੀਂ ਵੀ ਪਾਰਟੀ ਦੇ ਬੈਠੇ ਹਾਂ। ਮੈਂ ਪਹਿਲਾਂ ਤਾਂ ਜਿਹੜੇ ਮੌਜੂਦਾ ਇਹਨਾਂ ਨੇ ਰਾਜ ਸਭਾ 'ਚ ਮੈਂਬਰ ਭੇਜੇ ਨੇ,
ਜਿਹੜੇ ਅਮੀਰ ਘਰਾਣੇ ਤੇ ਉਹਨਾਂ 'ਚ ਤਾਂ ਆਮ ਕੋਈ ਨਹੀਂ ਹੈਗਾ। ਹਰਭਜਨ ਭੇਜਤਾ, ਲਵਲੀ ਯੂਨੀਵਰਸਿਟੀ ਵਾਲਾ ਭੇਜਤਾ, ਰਾਘਵ ਚੱਡਾ ਭੇਜਤਾ, ਉਹਨਾਂ ਦੀ ਇੱਕ ਵੀ ਪੰਜਾਬ ਬਾਰੇ ਗੱਲ ਹੁੰਦੀ ਮੈਨੂੰ ਵਿਖਾਓ ਕਿ ਜਿਨ੍ਹਾਂ ਨੇ ਪੰਜਾਬ ਦੇ ਹੱਕ ਦੀ ਇੱਕ ਵੀ ਜਾ ਕੇ ਰਾਜ ਸਭਾ 'ਚ ਗੱਲ ਕੀਤੀ ਹੋਏ। ਸਾਡੀ ਵੇਖੋ ਮਾਨਸ ਦੀ ਜਾਤ ਸਭ ਤੋਂ ਉੱਤੇ ਜਾਤ ਹੈ, ਸਿੱਖ ਹਿੰਦੂ ਧਰਮ ਸਭ ਵੱਖਰੇ ਵੱਖਰੇ ਨਹੀਂ ਹੈਗੇ ਕੋਈ, ਮਾਨਸ ਦੀ ਜਾਤ ਹੈ। ਕਿਹੜਾ ਬੰਦਾ ਅੱਜ ਜਿਹੜਾ ਬੱਚਿਆਂ ਦੀ ਗੱਲ ਕਰ ਰਿਹਾ, ਨੌਜਵਾਨ ਦੀ ਗੱਲ ਕਰ ਰਿਹਾ, ਰੋਜ਼ਗਾਰ ਦੀ ਗੱਲ ਕਰ ਰਿਹਾ, ਨਸ਼ੇ ਦੀ ਗੱਲ ਕਰ ਰਿਹਾ, ਪੰਜਾਬ ਦੀ ਇੰਡਸਟਰੀ ਦੀ ਗੱਲ ਕਰ ਰਿਹਾ? ਆਹ ਜਿਹੜਾ ਸਾਡਾ ਸ਼ਹਿਰ ਹੈ, ਮਿਡਲ ਕਲਾਸਾਂ ਦਾ ਸ਼ਹਿਰ ਹੈ, ਸਾਰਾ ਤੁਸੀਂ ਇੱਧਰੋਂ ਚਾਲੂ ਹੋ ਜਾਓ, ਇੱਧਰ ਚੱਲ ਜਾਓ, ਜਿੱਥੇ ਮਰਜ਼ੀ ਚੱਲ ਜਾਓ, ਦੁਕਾਨਦਾਰਾਂ ਦਾ ਸ਼ਹਿਰ ਹੈ। ਕੋਈ ਪਾਰਟੀ ਦੱਸੋ ਜਿਹੜੀ ਉੱਥੇ ਸਟੇਜ 'ਤੇ ਕਹੇਗੀ ਅਸੀਂ ਮਿਡਲ ਕਲਾਸ ਦਾ ਸੋਚਾਂਗੇ? BJP ਵਾਲੇ ਮੇਰੇ ਭਰਾ ਖੜ੍ਹੇ ਨੇ, ਇਹ ਬੜੇ ਹਿੰਦੂਆਂ ਦੇ ਮਹਿਤੀ ਨੇ, ਹਿੰਦੂ ਦੁਕਾਨਦਾਰ ਹੈ। ਲੋਕਡਾਊਨ 'ਚ 1-2 ਹਜ਼ਾਰ ਰੁਪਇਆ ਬਿੱਲ ਵੀ ਕਿਹੜਾ ਮਾਫ਼ ਕੀਤਾ ਹੈ, ਕਿਹੜਾ ਉਸ ਟੈਕਸ ਮਾਫ਼ ਕੀਤਾ ਹੈ, ਵਿਆਜ ਮਾਫ਼ ਕੀਤਾ ਹੈ? ਇੱਕ ਉਪਲਬਧੀ ਦੁਕਾਨ, ਦੂਜੀ 70 ਸਾਲ ਦੀ ਗੱਲ ਕਰਦੇ ਨੇ। ਸਰਕਾਰੀ ITI ਪੋਲੋਟੈਕਨੀਕਲ ਕਾਲਜ ਇਹ ਸੜਕਾਂ ਦਾ ਜਾਲ ਵਿਛਿਆ, ਇਹ ਸਭ ਕਾਂਗਰਸ ਦੇ ਰਾਜ 'ਚ ਕੰਮ ਹੋਏ ਨੇ। ਇੰਡਸਟਰੀ ਉਦੋਂ ਦੌੜਦੀ ਜਦੋਂ ਕਾਂਗਰਸ ਹੈ। ਅੱਜ ਜਾ ਕੇ ਬਾਜ਼ਾਰ 'ਚ ਪੁੱਛੋ, ਲੋਕ ਕਹਿੰਦੇ ਜੇ ਕਮਾਈ ਕਰਨੀ ਹੈ, ਜੇ ਵਪਾਰ ਚਲਾਉਣਾ ਤਾਂ ਕਾਂਗਰਸ ਦੁਬਾਰਾ ਲਿਆ ਦਿਓ, ਮਨਮੋਹਨ ਸਿੰਘ ਦੁਬਾਰਾ ਲਿਆ ਦਿਓ, ਨਹੀਂ ਤਾਂ ਜਿਹੜੀਆਂ ਪਾਰਟੀਆਂ ਇਹ ਆਪਣੀਆਂ ਜੇਬਾਂ ਭਰਨ ਦੀਆਂ। ਤਹਿਸੀਲ 'ਚ ਚੱਲ ਜਾਓ, ਸਾਹਮਣੇ ਕਮੇਟੀ ਘਰ ਮੈਂ 2 ਸਾਲ ਹੋ ਗਏ ਫੇਰੇ ਮਾਰਨ ਡਿਆ ਜੀ, SSP ਦਫ਼ਤਰ ਮੈਂ 6 ਮਹੀਨੇ ਹੋ ਗਏ ਫੇਰੇ ਮਾਰਨ ਡਿਆ ਜੀ। ਪੈਸੇ ਤੋਂ ਬਿਨਾਂ ਕੋਈ ਕੰਮ ਨਹੀਂ ਜਾਂਦਾ, ਮੈਂ ਪੈਸਾ ਨਹੀਂ ਦਿੱਤਾ ਤਾਂ ਮੇਰਾ ਕੰਮ ਨਹੀਂ ਲਿਆਉਣ ਡਿਆ। ਆਓ ਇਹਨਾਂ ਨੂੰ ਮੇਰੇ ਨਾਲ ਚੱਲੋ ਨਾ, ਕੰਮ ਕਰਾ ਦਿਓ। ਰੂਲਿੰਗ ਕੁਲਦੀਪ, ਬੜੀ ਅੱਛੀ ਗੱਲ ਆ, ਇੱਕ ਦੂਜੇ ਤੋਂ ਦੂਸ਼ਣਬਾਜ਼ੀ ਕਰਦੇ ਲੀਡਰ ਸੋਹਣੇ ਲੱਗਦੇ, ਕਿਉਂਕਿ ਇਹਨਾਂ ਕੋਲ ਹੋਰ ਕੰਮ ਕੋਈ ਨਹੀਂ। 2 ਵੱਡੀਆਂ ਪਾਰਟੀਆਂ ਨੇ ਇੱਥੇ, ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੀ ਵੀ ਗੱਲ ਕਰ ਲਈਏ। ਪਿਛਲੇ ਜਦੋਂ ਦਾ ਦੇਸ਼ ਆਜ਼ਾਦ ਹੋਇਆ, ਜ਼ਿਲ੍ਹੇ ਗੁਰਦਾਸਪੁਰ ਦੀ ਇੱਕੋ ਇੱਕ ਮੰਗ, ਕਾਦੀਆਂ ਬਿਆਸ ਰੇਲਵੇ ਲਾਈਨ ਜੋੜ ਦਿਓ। ਚਲੋ ਕਿਸੇ ਨੇ ਐਫਰਟ ਕੀਤੀ, MP ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ, ਕਿ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਹੋਰਾਂ ਕੋਲ ਪਾਸ ਕਰਾ ਲਿਆਂਦੀ। ਅਕਾਲੀ ਦਲ ਦੇ ਲੀਡਰ ਐਡੇ ਚੰਗੇ ਨੇ, ਧਰਨਾ ਲਾ ਕੇ ਬਹਿ ਗਏ, ਫੰਡ ਆਏ ਦੇ ਵਾਪਸ ਚਲੇ ਗਏ। ਅੱਜ ਤੱਕ ਇਹਨਾਂ 'ਚੋਂ ਐਡੇ ਮਾਂ ਦੇ ਪੁੱਤ ਸਿਆਣੇ ਨੇ ਕਿ ਇੰਡਸਟਰੀ ਵਧਾਉਣ ਲਈ, ਵਪਾਰ ਵਧਾਉਣ ਲਈ, ਰੋਜ਼ਗਾਰ ਵਧਾਉਣ ਲਈ, ਉਹ 20 ਫੁੱਟ ਦਾ ਟੋਟਾ ਨਹੀਂ ਇਹਨਾਂ ਕੋਲ ਪਿਆ। ਇਹਨਾਂ ਨੂੰ ਇਹ ਤਾਂ ਪੁੱਛੋ ਕਿ ਉਹ ਰੇਲਵੇ ਲਾਈਨ ਹੈ ਕਿੱਥੇ, ਕਿਹਨੇ ਬਣਾਉਣੀ ਸੀ? ਉਹ ਬਣਾਉਣੀ ਕਾਂਗਰਸ ਨੇ ਹੀ, ਪਾਸ ਕਾਂਗਰਸ ਨੇ ਕਰਵਾਈ। ਅਕਾਲੀ ਦਲ ਦੀ ਸਟੇਟ 'ਚ ਸਰਕਾਰ ਹੀ ਨਹੀਂ ਅਕਵਾਇਰ ਹੋਣ ਦਿੱਤੀ ਜ਼ਮੀਨ, ਕਿਉਂ ਨਹੀਂ ਹੋਈ? ਜਿਹੜੇ ਕਾਂਗਰਸ ਵਾਲੇ, ਆ ਜਿਹੜੇ ਕਾਂਗਰਸ ਵਾਲੇ ਤੰਦ ਕੱਛਣ ਡਏ ਨੇ ਆਪ ਵਾਲਿਆਂ ਦੇ ਉੱਤੇ, ਆ ਜਿਹੜੇ ਕਾਂਗਰਸੀ ਤੰਦ ਕੱਸਣ ਡਏ ਆਪ ਵਾਲਿਆਂ ਦੇ ਉੱਤੇ, ਇਹਨਾਂ ਨੂੰ ਪੁੱਛੋ ਵੀ ਸਹੁੰ ਖਾ ਕੇ ਕਹੋ ਤੁਸੀਂ ਵੋਟਾਂ ਕਿਹਨਾਂ ਨੂੰ ਪਾਈਆਂ ਨੇ? ਆਪ ਤੇ ਇਹਨਾਂ ਨੇ ਰਲ ਕੇ ਅਸ਼ਵਨੀ ਸੇਖੜੀ ਨੂੰ ਹਰਾਉਣ ਦੇ ਚੱਕਰ ਦੇ ਵਿੱਚ ਆਪ ਵਾਲਿਆਂ ਨੂੰ ਵੋਟਾਂ ਪਾਈਆਂ। ਅੱਜ ਇਹ ਤੰਦ ਕੱਸਦੇ ਨੇ ਵੀ ਅਸੀਂ ਕਿਹੜੀ ਪਾਰਟੀ ਦੀਆਂ ਸਾਥ ਦੇਣਾ ਕਿਹੜੀ ਦਾ ਨਹੀਂ। ਜੇ ਇਹ ਵੋਟਾਂ ਪਾਉਣ ਵੇਲੇ ਆਪਣੀ ਮਾਂ ਬੋਲੀ ਪਾਰਟੀ ਨੂੰ ਭੁੱਲ ਗਏ, ਇਹਨਾਂ ਨੂੰ ਤਾਂ ਹੱਕ ਹੀ ਨਹੀਂ ਹੈਗਾ ਬੋਲਣ ਦਾ, ਇਹ ਡਿਬੇਟ 'ਚ ਕਿਉਂ ਖਲੋਤੇ ਨੇ? 2017 ਤੋਂ ਅਕਾਲੀ ਦਲ ਸੱਤਾ ਤੋਂ ਬਾਹਰ ਆ, ਕਾਂਗਰਸ ਨੇ 5 ਸਾਲ ਦਾ ਰਾਜ ਹੰਡਾ ਲਿਆ, ਹੁਣ ਆਪ ਪਾਰਟੀ ਦਾ ਚੱਲ ਰਿਹਾ, ਹਜੇ ਵੀ ਅਕਾਲੀ ਦਲ ਨੂੰ ਖੇਤਰੀ ਪਾਰਟੀ ਨੂੰ ਖਤਮ ਕਰਨ ਦੇ ਚੱਕਰ 'ਚ ਨੈਸ਼ਨਲ ਏਜੰਡਾ ਜਿਹੜਾ ਲੱਗਾ ਹੋਇਆ ਅਕਾਲੀ ਦਲ ਨੇ ਜੋ ਕੰਮ ਕੀਤੇ ਲੋਕਾਂ ਦੇ ਸਾਹਮਣੇ ਆ। ਆਪ ਵਾਲੇ ਜੀ ਜਿਹੜੇ, ਦੇਖੋ ਜੀ, ਪਹਿਲਾਂ ਅਕਾਲੀ ਦਲ ਨੇ ਇਹ ਗੱਲ ਕਹੀ ਆ, ਇਹਨਾਂ ਨੇ ਕਿਸਾਨਾਂ ਤੇ ਕੀਤਾ ਕੀ ਆ? ਹਰਸਿਮਰਤ ਕੌਰ ਬਾਦਲ, ਇੱਕ ਮਿੰਟ, ਗੱਲ ਜਿੰਨੇ ਚਿਰ ਤੁਸੀਂ ਬੋਲਿਆ ਮੈਂ ਵਿੱਚ ਨਹੀਂ ਬੋਲਿਆ, ਜਿੰਨੇ ਚਿਰ ਮੈਂ ਬੋਲਿਆ ਤੁਸੀਂ ਵਿੱਚ, ਪਹਿਲਾਂ ਗੱਲ ਸੁਣੋ, ਗੱਲ ਸੁਣੋ, ਜਿੰਨੇ ਚਿਰ ਹਰਸਿਮਰਤ ਕੌਰ ਬਾਦਲ ਜਿਹੜੀ ਹੈ ਉਹ ਕੈਬਨਿਟ ਮਿਨਿਸਟਰ ਸੀ, ਇਹਨੇ ਬਹਿ ਕੇ ਕਾਲੇ ਕਾਨੂੰਨ, ਇੱਕ ਮਿੰਟ ਗੱਲ ਕਰ ਦਿਓ, ਗੱਲ ਕਰ ਦਿਓ, ਗਰਾਂ ਸਾਹਿਬ ਗੱਲ ਕਰ ਦਿਓ, ਤੁਹਾਡੀ ਗੱਲ ਮੈਂ ਸੁਣੀ। ਹਰਸਿਮਰਤ ਕੌਰ ਬਾਦਲ ਕੈਬਨਿਟ ਮਿਨਿਸਟਰ ਸੀ, ਉੱਥੇ ਬਹਿ ਕੇ ਮੋਦੀ ਦੇ ਲਾਗੇ ਬਹਿ ਕੇ ਕਾਨੂੰਨ ਬਣਾਏ ਗਏ। ਕੱਲ ਮੈਂ TV ਤੇ ਸੁਣਦਾ ਪਿਆ ਸੀ, ਕਹਿ ਰਹੀ ਸੀ ਮੈਨੂੰ ਪਤਾ ਨਹੀਂ ਤੂੰ ਕੈਬਨਿਟ ਮਿਨਿਸਟਰ ਹੋਵੇ, ਤੈਨੂੰ ਪਤਾ ਨਾ ਹੋਵੇ ਕਿ ਉੱਥੇ ਕੀ ਹੋ ਰਿਹਾ? ਸਾਰੇ
ਅੱਜ ਮਗਰਮੱਛ ਦੇ ਅੱਛੂ ਬੇਟਾ ਕਿਸਾਨਾਂ ਦੇ ਅਸੀਂ ਖਾਸ ਬੰਦੇ ਆ, ਪਰ ਆਵੋ ਇਹਨਾਂ ਲੋਕਾਂ ਨੇ ਲੁੱਟਿਆ ਉਹ ਮਾਲ, ਇਹਨਾਂ ਨੇ ਬਣਾਏ ਸੋਨੇ ਦੇ ਬਿਸਕੁਟਾਂ ਦੇ ਲੋਕ, ਤੁਸੀਂ ਸਾਰੇ ਪੰਜਾਬ ਨੂੰ ਤੁਸੀਂ ਖਰੀਦ ਕੇ ਘਰ ਲੈ ਗਏ। ਅੱਜ ਤੁਸੀਂ ਗੱਲਾਂ ਕਰਦੇ ਹੋ, ਅੱਜ ਤੁਸੀਂ ਆਮ ਆਦਮੀ ਪਾਰਟੀ ਦੇ ਚੱਕਰ ਸਭ ਛੋੜ ਲਈ। ਮੈਂ ਕਹਿੰਦਾ ਇੱਕ ਮਿੰਟ ਸ਼ਾਂਤੀ ਰੱਖੋ, ਕਿਉਂਕਿ ਇਹਨਾਂ ਨੇ ਬੀਜੇਪੀ ਨੂੰ ਕਰੋ ਸਵਾਲ। ਇੱਕ ਮਿੰਟ ਪ੍ਰਧਾਨ ਜੀ ਗੱਲ ਕਰ ਲੈਂਦੋ, ਜੇ ਸੁਣਨੀ ਸਾਰੇ ਸੁਣ ਲਓ, ਨਹੀਂ ਸੁਣਨੀ ਤੇ ਜਨਤਾ ਸਭ ਜਾਣਦੀ ਆ, ਤੁਹਾਡੇ ਰੌਲਾ ਪਾਉਣ ਨਾਲ ਕਿਸੇ ਦੀ ਕੋਈ ਗੱਲ ਨਹੀਂ ਬਣਨੀ। ਤੁਸੀਂ ਇੱਕ ਮਿੰਟ ਮੇਰੀ ਸੁਣ ਲਓ, ਤੁਸੀਂ ਮਾਹੌਲ ਇੱਦਾਂ ਦਾ ਬਣਾਤਾ ਸਾਰਿਆਂ ਨੇ, ਹੁਣ ਤੁਸੀਂ ਘਰੋਂ ਨਿਕਲਦੇ ਜੇ ਪਿੰਡ 'ਚ ਪ੍ਰਚਾਰ ਕਰਨ ਲਈ ਸਾਰੀਆਂ ਹੀ ਪਾਰਟੀਆਂ, ਤੁਹਾਨੂੰ ਸਾਰਿਆਂ ਨੂੰ ਡਰ ਹੁੰਦਾ ਵੀ ਕੋਈ ਝੰਡੇ ਨਾ ਵਿਖਾਵੇ। ਜਿੱਥੇ ਤੁਸੀਂ ਪਿੰਡਾਂ 'ਚ ਜਾਂਦੇ ਸੀ ਲੋਕੀ ਤੁਹਾਡੇ ਗਲਾਂ 'ਚ ਹਾਰ ਪਾਉਂਦੇ ਸੀ, ਇਹ ਮਾਹੌਲ ਸੀ, ਔਰ ਤੁਸੀਂ ਇਹ ਬਣਾ ਲਿਆ ਵੀ ਹੁਣ ਲੋਕ ਝੰਡੇ ਫੜ ਕੇ ਤੁਹਾਡੇ ਮਗਰ ਭੱਜਦੇ ਨੇ, ਤੁਹਾਨੂੰ ਸਵਾਲ ਕਰਦੇ ਨੇ, ਔਰ ਤੁਹਾਡੇ ਕੋਲ ਜਵਾਬ ਕੋਈ ਨਹੀਂ। ਜੇ ਤੁਸੀਂ ਸੁਧਰੇ ਨਾ ਤੇ ਫਿਰ ਤੁਹਾਡਾ ਇਹੋ ਹੀ ਹਾਲ ਹੋਣਾ, ਫਿਰ ਤੁਹਾਨੂੰ ਆਹ ਡਿਬੇਟਾਂ, ਇਹ ਬਹੁਤੀ ਉੱਚੀ ਬੋਲਿਆ ਨਹੀਂ ਕੋਈ ਗੱਲ ਬਣਨੀ, ਤੁਸੀਂ ਉੱਚੀ ਬੋਲਤਾ ਕਿਸੇ ਨੂੰ ਪਤਾ ਲੱਗ ਗਿਆ। ਇਹ ਉਹ ਗਾਣੇ ਵੀ ਆ ਨਾ ਵੀ ਪਬਲਿਕ ਸਭ ਜਾਣਦੀ ਆ। ਹੁਣ ਇਹਨਾਂ ਦਾ ਕਹਿਣਾ ਕਿ ਜੇ ਇਹ ਕਹਿੰਦੇ ਕਰਪਸ਼ਨ ਹੋਈ ਆ, ਇਹ ਕਹਿੰਦੇ ਕਰਪਸ਼ਨ ਇਹਨਾਂ ਨੇ ਲਿਆਂਦੀ ਪਹਿਲਾਂ, ਯਾਨੀ ਕਿ ਉਹਨਾਂ ਦੀਆਂ ਲੀਆਂ 'ਤੇ ਅਸੀਂ ਚੱਲ ਪਏ, ਜੋ ਉਹਨਾਂ ਨੇ ਕੀਤਾ ਗਲਤ ਉਹ 'ਤੇ ਅਸੀਂ ਵੀ ਤੁਰ ਪਏ। ਇਹਨੂੰ ਬਦਲੋ, ਇਹਨੂੰ ਸੁਧਾਰੋ, ਇਹਨੂੰ ਸਹੀ ਰਾਹ 'ਤੇ ਆਵੋ, ਨਹੀਂ ਤਾਂ ਆਹ ਲੋਕਾਂ ਨੇ ਤੁਹਾਨੂੰ ਇੱਥੇ ਡਿਬੇਟਾਂ ਵੀ ਨਹੀਂ ਕਰਨ ਦੇਣੀਆਂ, ਹੁਣ ਤਾਂ ਪਿੰਡਾਂ 'ਚ ਨਹੀਂ ਵੜਨ ਦੇਣਦੇ, ਡਿਬੇਟਾਂ ਵੀ ਨਹੀਂ ਜੇ ਕਰਨ ਦੇਣੀਆਂ। ਕਿਉਂ ਨਹੀਂ ਕਿਸਾਨਾਂ ਦੇ ਮਸਲੇ ਹੱਲ ਹੁੰਦੇ? ਮੈਂ ਦੋਨਾਂ ਪਾਰਟੀਆਂ ਬਾਰੇ ਤੁਹਾਡੇ ਨਾਲ ਚਰਚਾ ਕਰਾਂਗਾ, ਲੰਬੀ ਚੌੜੀ ਚਰਚਾ ਹੋਈ ਆ ਆਪ ਬਾਰੇ। ਮੈਂ ਤੁਹਾਨੂੰ ਇੰਨਾ ਹੀ ਕਹਿਣਾ ਵਾਂ, ਇੱਕ ਨਿਊਟਨ ਦਾ ਲਾਅ ਆ, ਐਕਸ਼ਨ ਐਂਡ ਰਿਐਕਸ਼ਨ ਆਰ ਓਪੋਜ਼ਿਟ ਐਂਡ ਇਕੁਅਲ। ਜਿਸ ਤੇਜ਼ੀ ਨਾਲ ਬਨਵੇਂ ਆਏ ਆ ਉਸੇ ਤੇਜ਼ੀ ਨਾਲ ਦੋ ਆਉਣੇ ਆ। ਉਹਦਾ ਕਾਰਨ ਇਹ ਆ, 250 ਯੋਜਨਾ ਮਾਨਯ ਮੋਦੀ ਜੀ ਨੇ ਇੱਥੇ ਲਾਗੂ ਕੀਤੀ, ਇਹ ਉਹਦੇ 'ਚੋਂ 100 ਵੀ ਕਰ ਛੱਡਦੇ, ਸ਼ਾਇਦ ਇਹ ਦੁਬਾਰਾ ਆ ਜਾਂਦੇ ਉਹਨਾਂ ਵਾਲੇ ਟਾਈਮ 'ਤੇ, ਇਹਨਾਂ ਨੇ ਹੋਣਾ ਨਹੀਂ ਗਾ। ਕਿਸਾਨ ਆ ਜੀ, ਆਪ ਕਿਸਾਨ ਜਿੰਨਾ ਜੁੜੇ ਦੇ ਆ ਸਾਡੇ, ਤੁਸੀਂ ਇਹਨਾਂ ਨੂੰ ਸਵਾਲ ਕਰੋ, ਤੁਸੀਂ ਸਵਾਲ ਮੈਂ ਹਰ ਪਾਰਟੀ ਦੀ ਗੱਲ ਕਰਾਂਗਾ, ਤੁਸੀਂ ਗੱਲ ਇਹਨਾਂ ਨਾਲ ਕਰੋ, ਮੈਂ ਤੁਹਾਨੂੰ ਹਰ ਪਾਰਟੀ ਦਾ ਜਵਾਬ ਦੇਵਾਂਗਾ। ਮੈਂ ਤੁਹਾਡੇ ਨਾਲ ਕਾਂਗਰਸ ਬਾਰੇ ਮੈਂ ਟਰਨ ਬਾਈ ਟਰਨ ਹਰ ਬੰਦੇ ਦੀ ਗੱਲ ਕਰਾਂਗਾ। ਮੈਂ ਤੁਹਾਨੂੰ, ਮੈਂ ਹਰ ਹੱਲ ਹੋਏਗਾ ਜੋ ਸਾਡੇ ਨੁਮਾਇੰਦਾ ਜਾਏਗਾ, ਹੱਲ ਹੋਏਗਾ। ਮੈਂ ਚਰਚਾ ਦੂਸਰੀ ਵੀ ਕਰਨੀ ਆ, ਬਟਾਲੇ ਦੀ ਬੈਕਬੋਨ ਇੰਡਸਟਰੀ ਆ, ਇੰਡਸਟਰੀ ਨੂੰ ਤਬਾਹ ਕਰਨ ਦੇ ਵਿੱਚ 99% ਕਾਂਗਰਸ ਦਾ ਹੱਥ ਆ। ਸਾਡੇ ਇੱਥੇ ਇੱਕ ਫਰੇਟ ਐਕੁਅਲਾਈਜੇਸ਼ਨ ਪਾਲਿਸੀ ਸੀ ਜਿਹਨੂੰ ਭਾਟੀਆ ਜੀ ਦੇ ਟਾਈਮ 'ਤੇ ਵਿਡਰਾ ਕੀਤਾ ਗਿਆ। ਤੁਸੀਂ ਸਾਰੀ ਇੰਡਸਟਰੀ 'ਚ ਘੁੰਮ ਕੇ ਆਓ, 100 ਚੋਂ 99 ਬੰਦੇ ਕਹਿਣਗੇ ਇਹਨਾਂ ਨੇ ਫਰੇਟ ਇਕੁਅਲਾਈਜੇਸ਼ਨ ਨੂੰ ਬਰਬਾਦ ਕੀਤਾ, ਜਿਹਦੇ ਨਾਲ ਇੰਡਸਟਰੀ ਬਰਬਾਦ ਹੋਈ ਆ। ਆਪਨੇ 250 ਯੋਜਨਾ ਨੂੰ ਬਰਬਾਦ ਕੀਤਾ ਵਾ ਕਿਸਾਨਾਂ ਦਾ। ਇਹਨਾਂ ਵੱਲੋਂ ਜਵਾਬ, ਇੱਕ ਮਿੰਟ ਭਾਜੀ ਮੈਂ ਜਵਾਬ ਦਿੰਦਾ ਇਹਨਾਂ ਦਾ ਜੋ ਇਹ ਕਿਸਾਨਾਂ ਨੂੰ ਦਿੰਦੇ ਨੇ। ਇਹ ਸਿਰਫ ਇਹ ਕਹਿੰਦੇ ਨੇ ਕਿ ਸਾਨੂੰ ਇਸ ਵਾਰ ਵੀ ਜਿਤਾ ਦਿਓ ਅਤੇ ਫਿਰ ਜਿਹੜੇ ਮਾੜੇ ਮੋਟੇ ਤੁਸੀਂ ਝੰਡੇ ਚੁੱਕ ਕੇ ਹੱਕ ਮੰਗਦੇ ਜੇ ਨਾ, ਤੁਹਾਨੂੰ ਵੀ ਖਤਮ ਕਰ ਦਿਆਂਗੇ, ਬਿਲਕੁਲ ਮਲੀਆ ਮੇਟ ਕਰ ਦਿਆਂਗੇ। ਔਰ ਤੁਸੀਂ ਹਾਂ ਹਾਂ ਨਾ ਕਰੋ ਸਾਥ, ਤੁਸੀਂ ਵੀ ਜੇ ਸਾਰੇ ਸਭ ਇੱਕੋ ਥਾਲੀ ਦੇ ਜੱਟੇ ਬੱਟੇ ਜੇ, ਸੁਧਰੋ ਸਾਰੇ। ਪਬਲਿਕ ਲਵੇ ਉਹਨੇ, ਪਬਲਿਕ ਦਾ ਸਵਾਲ ਲੈ ਲਓ ਪਹਿਲਾਂ, ਸਾਰੀ ਪਾਰਟੀਆਂ ਪਬਲਿਕ ਦਾ ਸਵਾਲ ਲੈ। ਦੇਖੋ ਜੀ, ਜਦੋਂ ਅਕਾਲੀਆਂ ਦੀ ਸਰਕਾਰ ਸੀਗੀ, ਕਾਂਗਰਸ ਦੀ ਵੀ ਰਹੀ ਆ, ਬੀਜੇਪੀ ਦਾ ਰਾਜ ਨਹੀਂ ਰਿਹਾ ਪੰਜਾਬ 'ਚ, ਠੀਕ ਆ ਜੀ। ਕਾਂਗਰਸ ਦੇ ਬੀਜੇਪੀ ਗੱਠਜੋੜ ਇੱਕੋ ਹੀ ਗੱਲ ਹੋ ਗਈ ਜਿੰਨਾ ਸਾਨੂੰ ਪਤਾ। ਅਕਾਲੀਆਂ ਦੇ ਟਾਈਮ 'ਚ ਕਿਸੇ ਅਸਾਮੀ ਨੂੰ ਫੋਨ ਨਹੀਂ ਵੱਜੇ ਵੀ ਕਰੋੜ ਦੀ ਫਰੋਤੀ ਦੇ ਦਿਓ, 50 ਲੱਖ ਦੀ ਦੇ ਦਿਓ, ਨਾ ਕਾਂਗਰਸ ਵੱਜੇ। ਆਪਦੀ ਸਰਕਾਰ ਆ, ਆਹ ਭਾਜੀ ਲਾਗੇ ਖੜੇ ਜੇ, ਕੋਈ ਸ਼ਹਿਰ ਦੀ ਸਾਮੀ ਦੱਸ ਦਿਓ ਜਿਹਨੂੰ 2-2 ਕਰੋੜ ਦੀ ਫਰੋਤੀ ਦੀ ਆਵਾਜ਼ ਨਹੀਂ ਪਈ, ਕੀ ਗੱਲ ਇਹਨਾਂ ਨੂੰ ਪਤਾ ਨਹੀਂ ਲੱਗਦਾ ਕੌਣ ਆ। ਮੈਂ ਸਿਰ ਕੱਢ ਕੇ ਅੱਜ ਬਾਜ਼ਾਰ 'ਚ ਲੈ ਆਵਾਂ 5-7 ਕਰੋੜ ਦੀ ਗੱਡੀ, ਮਹਾਰਾਜ ਸ਼ਾਮੀ ਮੈਨੂੰ ਫੋਨ ਆ ਜਾਣਾ, ਜਾਂ ਤਾਂ 50 ਲੱਖ ਦੇ ਦਿਓ ਨਹੀਂ ਤਾਂ ਗੋਲੀ ਜੇ। ਇੱਕ ਮਿੰਟ ਠੀਕ ਹੈ, ਸੁਣੋ ਭਾਜੀ ਸੁਣੋ, ਮੈਂ SSP ਨੂੰ ਗਾਲਾਂ ਕੱਢਦਿਆਂ,
ਸ਼ਾਮ ਨੂੰ ਮੇਰਾ ਸਾਰਾ ਟੱਬਰ ਚੱਕਿਆ ਜਾਏਗਾ। ਮਹਾਰਾਜ ਜੀ ਨੂੰ ਫੋਨ ਆਉਂਦਾ 50 ਲੱਖ ਰੁਪਈਆ ਦੋ, ਨਹੀਂ ਤਾਂ ਤੁਹਾਡੇ ਬੱਚੇ ਚੁੱਕੇ ਜਾਣੇ ਗੋਲੀ ਜੇ, ਇਹਨਾਂ ਨੂੰ ਪਤਾ ਕਿਉਂ ਨਹੀਂ ਲੱਗਦਾ? ਭਗਵੰਤ ਮਾਨ ਜੀ ਬਿਆਨ ਦਿੰਦੇ ਆ ਕਿ ਮੇਰੇ ਘਰ ਵਧਾਈ ਪੈਣ ਵਾਲੀ ਹੈ, ਹੋਰ ਤੋਂ ਵੱਡੀ ਗੱਲ ਮੈਂ ਰੌਲਾ ਨਹੀਂ ਪਾਇਆ ਧੀ ਆ ਕੇ ਪੁੱਤ। ਇਹ ਪੜ੍ਹੇ ਲਿਖੇ ਬੰਦਿਆਂ ਦੇ ਲਕਸ਼ਣ ਨੇ। ਸਰਕਾਰ ਸਾਡੀ ਲਾਏ, ਅਸੀਂ ਐਕਸ਼ਨ ਕਰ ਰਹੇ ਹਾਂ ਨਾ, ਤੁਸੀਂ ਅਫਸਰਾਂ ਨੂੰ ਮੌਕਾ ਦਿਓਗੇ ਕੋਈ ਕਰਨ ਦਾ ਇਨਵੈਸਟੀਗੇਸ਼ਨ? ਤਾਂ ਹੀ ਅਫਸਰ ਕੋਲ ਨਾ, ਅਫਸਰ ਇਨਵੈਸਟੀਗੇਸ਼ਨ ਕਰਦੇ ਰਹੇ, ਤੁਹਾਨੂੰ ਪੁਲਿਸ ਨਾਲ ਸ਼ਿਕਾਇਤ ਹੈ। ਪੁਲਿਸ ਨਾਲ ਭਾਈ ਇੱਕ ਮਿੰਟ ਰੁਕ ਜਾਓ, ਭਾਈ ਇੱਕ ਮਿੰਟ, ਉਹ ਗੱਲ ਤੇ ਸੁਣ ਲਓ ਭਾਜੀ, ਦੱਸ ਤੁਸੀਂ 25-25 ਕਰੋੜ ਚ ਗੱਲ ਸੁਣ, ਗੱਲ ਇੱਕ ਮਿੰਟ ਭਾਜੀ, ਪਹਿਲਾਂ ਇਹਨਾਂ ਦਾ ਜਵਾਬ ਦੇ ਦੋ, ਚੁੱਪ ਕਰ ਜਾਓ ਸਾਰੇ ਜਾਣੇ, ਇਹਨਾਂ ਦਾ ਹੱਲ ਹੋਊਗਾ, ਫਰੋਤੀਆਂ ਦਾ ਹੱਲ ਹੋਊਗਾ, ਤੁਹਾਡੀ ਸਾਰੀ ਗੱਲ ਸਮਝ ਲਈ ਆ, ਬਿਲਕੁਲ ਹੋਏਗਾ ਜੀ। ਇਹ ਸਾਰੀਆਂ ਦੂਜੀਆਂ ਪਾਰਟੀਆਂ ਪਰਾਈਆਂ ਰੁਪਏ ਸੁਣ ਤਾਂ ਲੈ ਯਾਰ, ਤੁਹਾਡੀ ਫਰੋਤੀ ਵਾਲੀ ਗੱਲ ਹੈ, ਮੈਂ ਫਰੋਤੀ ਵਾਲੀ ਪੁੱਛ ਸੁਣ, ਇਹ ਸਾਰਾ ਜਿਹੜਾ ਸਿਸਟਮ ਹੈ ਇਹ ਪੁਰਾਣੀਆਂ ਪਾਰਟੀਆਂ ਤੋਂ ਵਿਗੜਿਆ, ਫਰੋਤੀਆਂ ਦਾ ਇਹ ਅੱਜ ਦੀ ਗੱਲ ਨਹੀਂ। ਸਾਡੀਆਂ ਅਸੀਂ ਪੂਰੇ ਅਫਸਰਾਂ ਨੂੰ ਹਦਾਇਤਾਂ ਕੀਤੀਆਂ ਨੇ ਕਿ ਜਿਸ ਤਰ੍ਹਾਂ ਵੀ ਕਿਸੇ ਦੇ ਨਾਲ ਕੋਈ ਨਜਾਇਜ਼ ਹੋ ਰਹੀ ਆ ਉਹ ਇਨਵੈਸਟ ਤੁਸੀਂ ਕਰਦੇ ਹੋ ਕਿ ਸੌਦਾ ਸਾਡੇ, ਅਸੀਂ ਤਾਂ ਦੇਖਦੇ ਸਾਰੇ ਕਿਸੇ ਬੰਦੇ ਨੂੰ ਕਾਲ ਜਾਂਦੀ ਹੈ ਫਰੋਤੀ ਦੀ, ਉਹ ਆ ਕੇ SSP ਮੈਡਮ ਨੂੰ ਕੰਪਲੇਂਟ ਕਰਦਾ ਵੀ ਸਾਨੂੰ ਫਰੋਤੀ ਹੈ, ਕਾਲ ਆਈਏ ਤੁਸੀਂ ਐਕਸ਼ਨ ਲਵੋ। ਮੈਡਮ ਕਹਿੰਦੀ ਜੀ ਅਸੀਂ ਐਕਸ਼ਨ ਨਹੀਂ ਲੈ ਸਕਦੇ, ਕਹਿੰਦਾ ਫਿਰ ਅਸੀਂ ਅਸਲਾ ਰੱਖ ਲਈਏ ਜੇ ਸਾਡੇ ਕੋਲ ਕੋਈ ਆਇਆ ਇਹ ਜਵਾਬ ਦੇ ਦਈਏ। ਉਹ ਕਹਿੰਦੀ ਜੇ ਤੁਸੀਂ ਅਸਲਾ ਰੱਖੋਗੇ ਤਾਂ ਤੁਹਾਡੇ 'ਤੇ ਪਰਚਾ ਹੋਏਗਾ, ਅਸੀਂ ਆਪਣੀ ਸੇਫਟੀ ਵਾਸਤੇ ਆਪਣਾ ਅਸਲਾ ਵੀ ਨਹੀਂ ਰੱਖ ਸਕਦੇ, ਫਰੋਤੀ ਅਸੀਂ ਚੱਲ ਸਕਦੇ ਹਾਂ, ਚੋਰੀਆਂ ਹੋ ਰਹੀਆਂ ਸਾਡੇ, ਡਕੈਤੀਆਂ ਹੋ ਰਹੀਆਂ, ਅਸੀਂ ਆਪਣੀ ਡਕੈਤੀ ਬਚਾਉਣ ਵਾਸਤੇ ਆਪਣੇ ਆਪ ਨੂੰ ਸੇਫ ਕਰਨ ਵਾਸਤੇ ਅਸੀਂ ਆਪਣਾ ਆਪਣੇ ਕੋਲ ਅਸਲਾ ਰੱਖ ਲਈਏ। ਉੱਤੇ ਕਹੇ ਜੇ ਤੁਸੀਂ ਅਸਲਾ ਰੱਖ ਦਿਓ ਤੁਹਾਡੇ 'ਤੇ ਪਰਚਾ ਹੋਏਗਾ, ਜਿਹੜਾ ਚੋਰੀਆਂ ਕਰਦਾ ਉਹਨੂੰ ਕਰਨ ਦਿਓ, ਕਾਹਦਾ ਇਲਾਜ ਨਾ ਕਰੋ। ਇੱਕ ਮਿੰਟ ਬਾਈ, ਤੇਰੇ ਸਵਾਲ ਲੈ ਲਿਆ, ਇੱਕ ਮਿੰਟ ਰੁਕੋ, ਪਬਲਿਕ 'ਚ ਕੋਈ ਹੋਰ ਸਵਾਲ ਪੁੱਛਣਾ ਚਾਹੁੰਦਾ ਪਾਰਟੀਆਂ ਦੇ ਵਿੱਚੋਂ? ਇੱਕ ਮਿੰਟ ਰੁਕੋ, ਪੁੱਛਣਾ ਚਾਹੁੰਦੇ ਸਵਾਲ, ਕੋਈ ਸਵਾਲ ਪੁੱਛਣਾ ਚਾਹੁੰਦੇ ਪਾਰਟੀਆਂ ਦੇ ਕਿਸੇ ਦੇ ਨਾਲ? ਭਾਜੀ ਮੇਰੇ ਕੋਈ ਮੁੱਦੇ ਕਿਹੜੇ ਨੇ ਤੁਹਾਡੇ ਇਲਾਕੇ ਦੇ? ਮੁੱਦੇ ਇਹੋ ਹੀ ਆ ਵੀ ਜਿਹੜਾ ਵਿਕਾਸ ਦਾ ਹੀ ਹੋਣਾ ਚਾਹੀਦਾ ਵਾ, ਹਾਂਜੀ, ਬਾਕੀ ਜਿਹੜਾ ਵੀ ਆਮ ਪਾਰਟੀ ਜਿਹੜਾ ਕੰਮ ਕਰਨ ਡੇ ਸੀਗੀ, ਚਲੋ ਥੋੜ੍ਹਾ ਬਹੁਤਾ ਕੀਤਾ ਵਾ, ਬਾਕੀ ਜਿਹੜੇ ਸਹੀ ਨਹੀਂ ਕੰਮ ਹੈਗੇ, ਹਾਂਜੀ, ਬਾਕੀ ਜੋ ਇਹ ਆ ਵੀ ਚਲੋ ਜੋ ਬਾਜਵਾ ਸਾਹਿਬ ਕੰਮ ਕਰ ਗਏ ਆ ਉਹਦੇ ਨਾਲ ਦਾ ਕੰਮ ਨਹੀਂ ਕੋਈ ਕਰ ਸਕਦਾ। ਕਲੇਮ ਕਰਦੇ ਬਿਜਲੀ ਦੇ ਬਿੱਲ ਦੀ, 200 ਯੂਨਿਟ ਅਕਾਲੀ ਦਲ ਦੇ ਰਾਜ 'ਚ ਬਿਜਲੀ ਦਾ ਯੂਨਿਟ ਮਿਲਦਾ ਹੈ ਫ੍ਰੀ, 100 ਯੂਨਿਟ ਇਹਨਾਂ ਵਧਾਇਆ, ਪਰ ਇੱਕ ਮਿੰਟ ਗੱਲ ਜਵਾਬ ਲੈ ਲਓ, ਜਵਾਬ ਲੈਣਾ ਭਾਜੀ, ਇਹਨਾਂ ਨੇ ਵੈਟ ਵਧਾਇਆ ਡੀਜ਼ਲ ਪੈਟਰੋਲ ਤੇ, ਜੇ ਤਾਂ ਮਹਿੰਗਾਈ ਵਧੀ, ਲੋਕਾਂ ਦੇ ਘਰਾਂ 'ਚ ਕਰਿਆਨਾ ਸਾਰਾ ਕੁਝ ਮਹਿੰਗਾ ਹੋਇਆ। ਮੇਰੀ ਜਿੱਦਣ ਭਾਜੀ ਜਿਸ ਦਿਨ ਇਹਨਾਂ ਨੇ 300 ਯੂਨਿਟ ਬਿਜਲੀ ਕੀਤੀ ਡੀਜ਼ਲ ਪੈਟਰੋਲ, ਉਦਣ ਹੀ ਮਹਿੰਗਾ ਕਰਤਾ, ਵੈਟ ਵਧਾਤਾ, ਪੂਰੇ ਪੰਜਾਬ ਦੇ ਵਿੱਚ ਮਹਿੰਗਾਈ ਨਾਲ ਹਾਹਾਕਾਰ ਮਚੀ ਆ। ਇੱਧਰੋਂ
ਰੇਤਾ ਦਾ ਕੀ ਹਾਲ ਕੀਤਾ? 2000 ਚ ਅਕਾਲੀ ਦਲ ਰੇਤਾ ਹੀ, 6000 ਨੂੰ ਰੇਤਾ ਵੀ ਕੰਢੀ ਆ। ਬਸ ਜੋ ਕੀਤਾ ਲੋਕਾਂ ਦੇ ਸਾਹਮਣੇ ਆ, ਲੋਕ ਤੁਹਾਨੂੰ ਪੁੱਛਣਗੇ। ਨਸ਼ਿਆਂ ਤੇ ਲਾਇਆ ਲੋਕਾਂ ਦੇ ਬੱਚਿਆਂ ਨੂੰ, ਨਸ਼ਿਆਂ ਤੇ ਲਾਇਆ ਤੁਸੀਂ, ਕੀ ਕੀਤਾ ਪੰਜਾਬ ਚ? ਮਾਲ ਖਰੀਦੇ ਨੇ ਤੁਸੀਂ, ਮਾਲ ਖਰੀਦੇ ਨੇ। ਸਤਿਕਾਰਯੋਗ ਕੁਲਦੀਪ ਜੀ, ਮੈਂ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਵੀ ਜੇਕਰ ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚ ਪੁੱਲ ਬਣਾਏ ਨੇ, ਪੁੱਲ ਬਣੇ ਅਕਾਲੀ ਭਾਜਪਾ ਸਰਕਾਰ ਦੇ ਬਣੇ, ਉਹ ਵੀ ਅੰਡਰ ਪ੍ਰੋਸੈਸ ਹੀ ਜੀ ਜਦੋਂ ਅਸੀਂ ਸੱਤਾ ਦੇ ਵਿੱਚ ਭੇਜਦਾ ਸੀ ਰਹਿਣਾ ਫੋਟੋ ਕਿਉਂ ਜੀ? ਜਿਹੜੇ ਬਾਕੀ ਪੁੱਲ ਬਣਾਏ ਆ ਉਹਨਾਂ ਲੋਕਾਂ ਨੂੰ ਜਾ ਕੇ ਪੁੱਛਣਾ। ਮੈਂ ਪਹਿਲਾਂ ਵੀ ਤੁਹਾਨੂੰ ਬੇਨਤੀ ਕੀਤੀ ਆ, ਸਾਰੇ ਪਾਰਟੀਆਂ ਦੇ ਇੱਥੇ ਬੈਠੇ ਨੇ। ਇੱਕ ਮਿੰਟ ਭਾਅ ਜੀ ਤੁਸੀਂ ਬੋਲਿਓ, ਜੋ ਤੁਸੀਂ ਬੋਲੇ ਮੈਂ ਨਹੀਂ ਬੋਲਿਆ। ਉਹਨਾਂ ਪੁੱਲ ਬਣਾਏ ਆ, ਪੁੱਲਾਂ ਦਾ ਬਾਦਸ਼ਾਹ ਕਹਿ ਕੇ ਅੱਜ ਵੀ ਨੈੱਟ 'ਤੇ ਜਾ ਕੇ ਸਰਚ ਮਾਰੋ, ਵਿਨੋਦ ਖੰਨਾ ਜੀ ਨੂੰ ਪੂਰਾ ਸਨਮਾਨ ਦਿੱਤਾ ਗਿਆ। ਉਹ ਲੋਕ ਨਰਕ ਭਰੀ ਜ਼ਿੰਦਗੀ ਦੇ ਵਿੱਚ ਰਹਿੰਦੇ ਸੀ, ਇੱਕ ਪੁੱਲ ਬਣਾਤਾ, ਇੱਕ ਪੁੱਲ ਨਹੀਂ ਬਣਾਇਆ। ਮਾਰੇ ਪੜ੍ਹੇ ਲਿਖਿਆਂ ਵਾਲੀ ਗੱਲ ਕਰਿਆ ਕਰੋ, ਨਾ ਕਰਿਆ ਕਰੋ। ਪਹਿਲੇ ਦਿਨ ਸਾਈਕਲ 'ਤੇ, ਅਗਲੇ ਦਿਨ ਫੋਰਚੂਨਰ 'ਤੇ, ਉਹ ਮਾਵਾਂ ਦੇ ਪੁੱਤ ਮਰਵਾਤੇ ਯਾਰ ਜੀ, ਗੱਲਾਂ ਕਰਦੇ ਯਾਰ ਜੀ। ਸਵਾਲ ਪੁੱਛਣਾ ਚਾਹੋਗੇ ਕੋਈ ਪਾਰਟੀਆਂ ਨੂੰ? ਸਵਾਲ ਪੁੱਛਣਾ ਚਾਹੋਗੇ? ਇੱਕ ਮਿੰਟ ਬੋਲਣਾ ਚਾਹੋਗੇ ਤੁਸੀਂ? ਤਾਂ ਪਬਲਿਕ ਇਸ, ਇੱਕ ਮਿੰਟ ਰੁਕੋ। ਕਹਿੰਦੇ ਕਾਂਗਰਸ ਨੇ ਕੀਤਾ ਵਾ, ਇਹ ਕਹਿੰਦੇ ਅਸੀਂ ਬਣਾਇਆ। ਕਾਂਗਰਸ ਕਹਿੰਦੀ ਉੱਥੇ ਇਹਨਾਂ ਦੀ ਗੋਲੀ ਚੱਲੀ ਆ ਪੁੱਲ ਦੇ ਉੱਤੇ, ਕੈਪਟਨ ਸਾਹਿਬ ਮੂਰਤ ਕਰਕੇ ਗਏ ਨੇ, ਇਹ ਝੂਠ ਮਾਰਦੇ ਨੇ, ਇਹਨਾਂ ਕੋਈ ਪੁੱਲ ਨਹੀਂ। ਇਹ ਨਸ਼ੇ ਦੇ ਉੱਤੇ ਸ਼ਹਿਰ ਵਿੱਚ ਇੰਨਾ ਮਾੜਾ ਹਾਲ ਆ, ਮੇਰੇ ਮਹੱਲੇ ਵਿੱਚ 23-23 ਸਾਲ ਦੇ 2-3 ਮੁੰਡੇ ਮਰ ਗਏ ਆ। ਇਹ ਮੁੰਡਾ ਮਹਿਲ ਇੱਕ ਰਾਮਨੌਮੀ ਵਾਲੇ ਦਿਨ ਬੀਬੀਆਂ ਸਕੂਲ ਵਾਲਿਆਂ ਦਾ ਨਸ਼ੇ ਦੇ ਨਾਲ ਡੈਥ ਹੋ ਗਈ ਉਹਦੀ, ਪਹਿਲਾਂ ਵੀ 2 ਹੋਏ ਸੀ, ਇੱਕ ਹੁਣ ਹਸਪਤਾਲ ਪਿਆ ਦਾ ਜੇ। ਇੱਕ ਆਮ ਪਾਰਟੀ ਦਾ ਜ਼ਿੰਮੇਵਾਰ ਬੰਦਾ ਜਿਹੜਾ ਆਪਣੇ ਆਪ ਨੂੰ ਇੱਕ ਆਮ ਪਾਰਟੀ ਦਾ ਜ਼ਿੰਮੇਵਾਰ ਬੰਦਾ ਜੋ ਆਪਣੇ ਆਪ ਨੂੰ ਪੰਜਾਬ ਦਾ ਕਨਵੀਨਰ ਕਹਿੰਦਾ ਵਾ, ਉਹਨੇ ਆਪਣਾ ਇੱਕ ਨੀਲਾ ਕਾਰਡ ਬਣਾਇਆ ਦਾ, ਇਹ ਉਹਦਾ ਸਬੂਤ ਜੇ, ਤੇ ਟੈਕਸ ਪੇਡ ਬੰਦਾ ਜੇ, ਉਹਦੀ ਫੈਮਿਲੀ ਟੈਕਸ ਪੇਡ ਜੇ, ਘਰ ਚਾਰ ਏਸੀ ਲੱਗੇ ਜੇ, ਜਾ ਕੇ ਵੇਖ ਲਓ ਪ੍ਰੇਮ ਨਗਰ ਦਾਰਾਸਲਾਮ 'ਚ, ਆਹ ਉਹਦਾ ਕਾਰਡ ਬਣਿਆ ਦਾ ਜੇ, ਆਹ ਨੀਲਾ ਕਾਰਡ ਕਣਕ ਲੈਂਦਾ ਜੇ, ਹੁਣ ਵੀ ਕਣਕ ਲੈਂਦਾ ਜੇ। ਇਹ ਦੱਸੋ ਮੈਨੂੰ, ਇਹਨਾਂ ਨੂੰ ਪੁੱਛੋ ਪਰਚਾ ਦਿਓ ਤੇ ਫਿਰ ਦੇ ਦਿਓ ਤਾਂ ਤੁਸੀਂ ਝੂਠ ਮਾਰਦੇ ਨੇ, ਤਾਂ ਪ੍ਰਮਾਣ ਪ੍ਰੂਫ ਦਿਓ, ਸਾਨੂੰ ਪ੍ਰੂਫ ਦਿਓ। ਦੇਖੋ ਭਾਜੀ, ਇਹਨਾਂ ਨੂੰ ਪੁੱਛਿਆ ਜਾਵੇ ਕਿ ਨੀਲੇ ਕਾਰਡ ਬਣਾਏ ਕਿੰਨੇ ਨੇ, ਇਹ ਨੀਲੇ ਕਾਰਡ ਭਾਜੀ ਨੀਲੇ ਕਾਰਡ ਬਣਾਏ ਕਿੰਨਾ ਨੇ, ਤੁਸੀਂ ਬਣਾਏ ਨੀਲੇ ਕਾਰਡ ਕੁਲਦੀਪ ਦੇਖੋ,
ਸਮਾਂ ਆ ਗਿਆ ਸਾਡਾ, ਸਮਾਂ ਕੰਪਲੀਟ ਹੋ ਗਿਆ। ਇਹ ਜਿੰਨੀਆਂ ਵੀ ਚੀਕ ਝਿਹੜਾ ਪਾਇਆ ਦਾ ਇਹ ਲੋਕਾਂ ਦੇ ਮੁੱਦੇ ਨਹੀਂ ਆ, ਇਹ ਪਾਰਟੀਆਂ ਦੇ ਆਪਣੇ ਮੁੱਦੇ ਨੇ। ਔਰ ਆਪਣੇ ਗੁਨਾਹ ਛਪਾਉਣ ਲਈ ਕਿਸੇ ਦੇ ਚਿੱਕੜ ਸੁੱਟਦੇ ਪਏ ਆ, ਇਹ ਇੱਕ ਪਾਰਟੀ ਦਾ ਕੰਮ ਨਹੀਂ, ਜਿੰਨੀਆਂ ਖੜੀਆਂ ਸਾਰੀਆਂ ਦਾ। ਤੁਸੀਂ ਵੀ ਦੇਖਿਆ ਕਿਸੇ ਨੇ ਕੋਈ ਗੱਲ ਕੀਤੀ? ਆਪਾਂ ਕਿਸਾਨੀ ਮੁੱਦੇ ਨਾਲ ਜੁੜੇ ਹੁੰਦੇ, ਤੁਸੀਂ ਪਿਛਲੇ 3 ਸਾਲ ਤੋਂ ਲਗਾਤਾਰ ਕਿਸਾਨੀ ਅੰਦੋਲਨ ਕਵਰ ਕਰਦੇ ਆ ਰਹੇ ਹੋ, ਅਸੀਂ ਵੀ ਕਰਦੇ ਆ ਰਿਹਾ। ਕਿਸੇ ਨੇ ਇਹਨਾਂ ਚੋਂ ਕਿਸਾਨੀ ਲਈ ਹਾਂ ਦਾ ਨਾਰਾ ਮਾਰਿਆ? ਕਿਸੇ ਨੇ ਨਹੀਂ ਮਾਰਿਆ। ਉਹ ਕਿਸਾਨ ਚੁੱਪ ਕਰਕੇ ਖੜਾ, ਪਰ ਸਮਾਂ ਪੂਰਾ ਹੋ ਗਿਆ। ਇਸ ਦੌਰਾਨ ਮੁੱਕਦੀ ਗੱਲ ਕੁਲਦੀਪ ਇਹੋ ਹੀ ਆ ਕਿ 17 ਸਾਲਾਂ ਤੋਂ ਜੋ ਚੱਲਦਾ ਆ ਚੱਲ ਰਿਹਾ ਔਰ ਚੱਲਦਾ ਰਹੇਗਾ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ। ਅਸੀਂ ਮਾਝੇ ਹਲਕੇ ਦੇ ਵਿੱਚ ਸੀ ਤਾਂ ਸਮਾਂ ਸਾਡਾ ਪੂਰਾ ਹੋ ਗਿਆ, ਤਾਂ ਚਾਹ ਦੀਆਂ ਚੁਸਕੀਆਂ ਦੇ ਨਾਲ ਸਿਆਸੀ ਚੁਸਕੀਆਂ ਵੀ ਲਈਆਂ ਨੇ, ਪਰ ਮਾਹੌਲ ਵੀ ਤਲਖੀ ਭਰਿਆ ਬਣ ਗਿਆ। ਤਾਂ ਮੁੱਦਿਆਂ ਦੀ ਗੱਲ ਨਹੀਂ ਹੁੰਦੀ, ਤਾਂ ਪਾਰਟੀਆਂ ਨੇ ਜਿਹੜੀਆਂ ਇੱਕ ਦੂਜੇ 'ਤੇ ਇਲਜ਼ਾਮ ਲਾਉਂਦੀਆਂ ਨੇ, ਪਬਲਿਕ ਦੇ ਵੀ ਵਿਊ ਲੈਤੇ, ਪਬਲਿਕ ਕੀ ਚਾਹੁੰਦੀ ਆ। ਸਾਥੀ ਜਗਦੀਪ ਸਿੰਘ ਦੇ ਨਾਲ ਕੁਲਦੀਪ ਸਿੰਘ ਕੋੜੇ, ਜਨ ਸਪੋਕਸਮੈਨ ਟੀ ਵੀ, ਗੁਰਦਾਸਪੁਰ ਬਟਾਲਾ।